ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੈਂ ਰਾਜੀਵ ਭਾਸਕਰ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ। ਕੱਲ SYL ਦੀ ਮੀਟਿੰਗ ਹੋਈ, ਜਿਸ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਸੀ। ਜਿੱਦਾਂ ਐਕਸਪੈਕਟਡ ਸੀਗਾ, ਬੇਸਿੱਟਾ ਇਹ ਮੀਟਿੰਗ ਰਹੀ, ਜੈਸੇ ਥੇ ਉਦਾਂ ਦੀ ਸਥਿਤੀ ਮੀਟਿੰਗ ਤੋਂ ਬਾਅਦ ਬਣੀ ਰਹੀ। ਉਸ ਤੋਂ ਬਾਅਦ ਪੰਜਾਬ ਦੇ ਇੱਕ ਮੰਤਰੀ ਲਾਲਜੀਤ ਭੁੱਲਰ ਹਰਿਆਣਾ ਦੇ ਭਿਵਾਨੀ ਦੇ ਵਿੱਚ ਕੁਝ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ। ਉੱਥੇ ਕੀ ਕਹਿੰਦੇ ਨੇ ਕਿ ਇਹ ਵਿਵਾਦ ਔਰ ਹਰਿਆਣਾ ਔਰ ਪੰਜਾਬ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਔਰ ਹੋਰ ਡੂੰਘਾ ਹੋ ਜਾਂਦਾ। ਉਸ ਤੋਂ ਇਲਾਵਾ NRI ਸਭਾ ਜਿਹਦੇ 24,000 ਮੈਂਬਰ ਨੇ, 5 ਜਨਵਰੀ ਨੂੰ ਉੱਥੇ ਇਲੈਕਸ਼ਨ ਹੈ, ਉਸ ਇਲੈਕਸ਼ਨ ਦੇ ਵਿੱਚ ਕਿੰਨੇ ਕੁ ਵੋਟਰ ਐਲੀਜੀਬਲ ਹੈਗੇ ਨੇ ਔਰ ਕੀ ਸਿੱਟਾ ਨਿਕਲੇਗਾ ਇਸ ਰਿਜ਼ਲਟ ਦਾ ਔਰ NRI ਦੀ ਦਿਸ਼ਾ ਤੇ ਦਸ਼ਾ ਕੀ ਹੋਏਗੀ। ਉਸ ਤੋਂ ਇਲਾਵਾ ਅਨਇੰਪਲਾਇਮੈਂਟ ਦੀ ਗੱਲ ਕਰੀਏ ਤੇ ਮੋਗਾ ਦੇ ਵਿੱਚ ਬੇਲਦਾਰ ਦੀ ਪੋਸਟ ਦੀ ਵੈਕੈਂਸੀ ਨਿਕਲੀਆਂ, 48 ਵੈਕੈਂਸੀਆਂ, ਔਰ ਕਿੰਨੇ ਲੋਕਾਂ ਨੇ ਅਪਲਾਈ ਕੀਤਾ ਔਰ ਕਿੰਨੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਬੇਲਦਾਰ ਦੀ ਪੋਸਟ ਦੇ ਵਾਸਤੇ ਅਪਲਾਈ ਕਰ ਰਹੇ ਨੇ। ਉਸ ਤੋਂ ਇਲਾਵਾ ਵੰਦੇ ਭਾਰਤ ਟ੍ਰੇਨ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ, ਉਹਦੇ ਬਾਰੇ 'ਚ ਕੁਛ ਜਾਣਕਾਰੀ ਦੇਵਾਂਗੇ, ਕੁਛ ਨਵੀਂ ਜਾਣਕਾਰੀ ਹੈਗੀ ਹੈ। ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਚਲਾਨ ਕੱਟਣ ਦੇ ਵਿੱਚ ਤੇਜ਼ੀ ਆਈ ਹੈ ਔਰ ਚੰਡੀਗੜ੍ਹ ਦਾ ਨਾਂ ਇੱਕ ਨਵਾਂ ਪੈ ਰਿਹਾ ਚਲਾਨਗੜ੍ਹ, ਉਹਦੀ ਵੀ ਚਰਚਾ ਕਰਾਂਗੇ। ਨਵਜੋਤ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਪਿੱਛੇ ਵਿਵਾਦਾਂ ਦੇ ਵਿੱਚ ਸੀਗੇ, ਇੱਕ ਦੂਜੇ ਦੇ ਖਿਲਾਫ ਉਹਨਾਂ ਨੇ ਮੂੰਹ ਖੋਲਿਆ ਸੀਗਾ, ਹੁਣ ਇਹ ਇੱਕ ਫੇਸਬੁੱਕ ਪੋਸਟ ਦੇ ਜ਼ਰੀਏ ਇਹ ਵਿਵਾਦ ਅੱਗੇ ਵੱਧ ਰਿਹਾ। ਹੁਣ ਉਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਸੈਮ ਪਿਤਰੋਦਾ ਦੀ, ਸੈਮ ਪਿਤਰੋਦਾ ਨੇ ਕਿਉਂ ਕਿਹਾ ਕਿ BJP 400 ਸੀਟਾਂ ਤੋਂ ਵੱਧ ਆਉਣ ਵਾਲੀ 2024 ਦੀ ਇਲੈਕਸ਼ਨ ਦੇ ਵਿੱਚ ਜਿੱਤੇਗੀ। ਔਰ ED ਨੇ ਪ੍ਰਿਯੰਕਾ ਗਾਂਧੀ ਉਹਨਾਂ ਦਾ ਨਾਂ ਇੱਕ ਚਾਰਜਸ਼ੀਟ ਇੱਕ ਫਰੇਮ ਦੇ ਵਿੱਚ ਪਾ ਦਿੱਤਾ ਹੈ। ਹੁਣ ਉਸ ਚਾਰਜਸ਼ੀਟ ਦੇ ਵਿੱਚ ਪ੍ਰਿਯੰਕਾ ਗਾਂਧੀ ਦੀ ਐਂਟਰੀ 10 ਸਾਲ ਬਾਅਦ ਕਿਉਂ ਹੋਈ ਹੈ, ਇਹਦਾ ਵੀ ਜ਼ਿਕਰ ਕਰਾਂਗੇ। ਔਰ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਔਰ ਰਾਹੁਲ ਗਾਂਧੀ ਉਹਨਾਂ ਦੀ ਨਿਆਂ ਯਾਤਰਾ ਦੇ ਮੁੱਦੇ ਦੇ ਉੱਤੇ ਕੁਛ ਨਵੀਆਂ ਗੱਲਾਂ ਸਾਹਮਣੇ ਆਈਆਂ, ਉਹਦੀ ਵੀ ਚਰਚਾ ਕਰਾਂਗੇ। ਔਰ ਰਾਹੁਲ ਗਾਂਧੀ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਦਾ ਇੱਕ ਤਰੀਕੇ ਨਾਲ ਆਗਾਜ਼ ਕਰਤਾ ਕੈਂਪੇਨ ਦਾ, ਔਰ ਉਹ ਵੀ ਕਿੱਥੋਂ ਕੀਤਾ, ਨਾਗਪੁਰ ਤੋਂ। ਕੀ ਰਾਹੁਲ ਗਾਂਧੀ ਕਹਿ ਰਹੇ ਸੀਗੇ ਨਾਗਪੁਰ ਦੇ ਵਿੱਚ, ਇਹ ਵੀ ਗੱਲ ਕਰਾਂਗੇ। ਇੱਕ ਨਵਾਂ BJP ਦਾ ਗਾਣਾ ਆਇਆ ਜਿਹਦੇ ਵਿੱਚ ਕੁਛ ਏਦਾਂ ਦੀ ਗੱਲਾਂ ਕੀਤੀਆਂ ਜਿਹਦੇ ਕਰਕੇ 2024 ਦੇ ਵਿੱਚ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਦੁਬਾਰਾ ਆ ਰਹੇ ਨੇ, ਉਹ ਵੀ ਚਰਚਾ ਕਰਾਂਗੇ। ਔਰ ਇਸ ਤੋਂ ਇਲਾਵਾ ਆਰਟੀਕਲ 370 ਜਿਹਦੇ ਉੱਤੇ ਸੁਪਰੀਮ ਕੋਰਟ ਦਾ ਪਿੱਛੇ ਫੈਸਲਾ ਆਇਆ ਸੀ, ਉਸ ਮੁੱਦੇ ਦੇ ਉੱਤੇ ਇੱਕ ਰਿਵਿਊ ਪਟੀਸ਼ਨ ਪਾਈ ਜਾ ਰਹੀ ਹੈ, ਕੌਣ ਪਾ ਰਿਹਾ, ਇਹ ਵੀ ਚਰਚਾ ਕਰਾਂਗੇ। ਹੁਣ ਸਭ ਤੋਂ ਪਹਿਲੇ SYL ਦੀ ਮੀਟਿੰਗ, ਹਮੀਰ ਸਿੰਘ ਜੀ, SYL ਦੀ ਮੀਟਿੰਗ ਬੇਸਿੱਟਾ ਨਿਕਲੀ ਜਿਹਦੀ ਉਮੀਦ ਸੀਗੀ। ਉਸ ਮੀਟਿੰਗ ਤੋਂ ਬਾਅਦ ਇੱਕ ਬਿਆਨ ਦਿੱਤਾ ਜਾਂਦਾ ਲਾਲਜੀਤ ਭੁੱਲਰ ਉਹਨਾਂ ਦਾ, ਔਰ ਉਹ ਵੀ ਹਰਿਆਣਾ ਦੇ ਭਿਵਾਨੀ ਦੇ ਵਿੱਚ। ਇਹ ਸਾਰੀ ਗੱਲਾਂ ਨੂੰ ਤੁਸੀਂ ਕਲੱਬ ਕਰਕੇ ਦੱਸੋ ਕਿ SYL ਦੀ ਮੀਟਿੰਗ ਤੋਂ ਬਾਅਦ ਜਦ 4 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਹੋਏਗੀ, ਉੱਥੇ ਪੰਜਾਬ ਦਾ ਕੋਈ ਨਵਾਂ ਸਟੈਂਡ ਹੋਏਗਾ ਜਾਂ ਪੁਰਾਣੇ ਸਟੈਂਡ ਦੇ ਉੱਤੇ ਪੰਜਾਬ ਖੜਾ ਰਹੇਗਾ। ਨੋਰਮਲੀ ਪਹਿਲਾਂ ਪਤਾ ਸੀ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ SYL ਤੇ ਕੁਛ ਇਮੀਡੀਏਟ ਮੀਟਿੰਗ 'ਚ ਨਿਕਲਣ ਨੂੰ ਕੱਢਣ ਪਾਉਣ ਨੂੰ ਨਹੀਂ ਹੈ, ਕਿਉਂਕਿ ਬਹੁਤ ਪੁਰਾਣਾ ਉਲਝਿਆ ਹੋਇਆ ਮੁੱਦਾ ਹੈ। ਪੁਰਾਣੇ ਉਲਝੇ ਮੁੱਦੇ ਤੇ ਆਪੋ ਆਪਣੇ ਸਟੈਂਡ ਨੇ, ਬੜੇ ਕਲੀਅਰ ਸਟੈਂਡ ਨੇ, ਕੋਈ ਐਵੇਂ ਨਹੀਂ ਜਾਣੇ ਪਛਾਣੇ ਸਟੈਂਡ ਨੇ, ਤੇ ਉਹਦੇ 'ਚ ਐਮੀਕੇਬਲੀ ਇਹ ਕੀਤਾ ਜਾ ਰਿਹਾ। ਔਰ ਹੁਣ ਇਹ ਪੋਲੀਟੀਕਲ ਮੁੱਦਾ ਇਸ ਲੈਵਲ 'ਤੇ ਹੈ ਕਿ ਕੋਈ ਵੀ ਇਹ ਅਫੋਰਡ ਨਹੀਂ ਕਰ ਸਕਦਾ ਕਿ ਉਹ ਇੱਧਰ ਉੱਧਰ ਤਿਲਕੇ ਮਾੜਾ ਮੋਟਾ ਆਪਣੇ ਸਟੈਂਡ ਤੋਂ ਜਾਂ ਕੁਝ ਕਰੇ। ਪੋਲੀਟੀਕਲ ਕਾਸਟ ਬਹੁਤ ਹੈ ਇਹਦੀ ਜਿਹੜੀ ਦੇਣੀ ਪੈ ਰਹੀ ਹੈ। ਪੰਜਾਬ ਆਪਣੇ ਉਸ ਗੱਲ 'ਤੇ ਖੜਾ, ਹਾਲਾਂਕਿ ਪੰਜਾਬ ਦਾ ਜਿਹੜਾ ਇੱਕ ਬੇਸਿਕ ਕੁਐਸਚਨ ਤਾਂ ਹੋਣਾ ਚਾਹੀਦਾ ਜਿਹ 'ਤੇ ਘੱਟ ਜ਼ੋਰ ਦਿੱਤਾ ਗਿਆ ਕਿ ਪਹਿਲਾਂ ਪਾਣੀ ਦੀ ਓਨਰਸ਼ਿਪ ਤੈਅ ਕਰੋ, ਵਾਟਰ ਹੈ ਕਿਹਦਾ। ਜੇ ਓਨਰਸ਼ਿਪ ਡਿਸਾਈਡ ਹੋ ਜਾਏਗੀ, ਬਾਕੀ ਮੁੱਦੇ ਡਿਸਾਈਡ ਹੋ ਜਾਂਦੇ ਨੇ। SYL ਤਾਂ ਇੱਕ ਮਾਮੂਲੀ ਮੁੱਦਾ ਨਾ ਉਹਦੇ ਸਾਹਮਣੇ, ਰਾਜਸਥਾਨ ਨੂੰ ਜਿੰਨਾ ਪਾਣੀ ਜਾ ਰਿਹਾ, ਹਰਿਆਣੇ ਨੂੰ ਜਿੰਨਾ ਪਾਣੀ ਜਾ ਰਿਹਾ, ਬਾਕੀ ਸਟੇਟਾਂ ਨੂੰ ਜਾ ਰਿਹਾ, ਉਹ ਜਾਂਦਾ ਰਹੇ ਜਾਂ ਨਾ ਜਾਂਦਾ, ਇਸ ਤੋਂ ਪਹਿਲਾਂ ਜਦੋਂ ਗਿਆ ਕਿ ਉਹ
ਧੱਕੇ ਨਾਲ ਹੀ ਜਾਂਦਾ ਰਹੂ, ਉਹਦੀ ਕੋਈ ਰਾਇਲਟੀ ਮਿਲਣੀ ਚਾਹੀਦੀ ਹੈ, ਪਾਣੀ ਡਿਸਾਈਡ ਹੋਏਗੀ, ਮਾਲਕ ਹੀ ਤਾਂ ਪਤਾ ਲੱਗੂਗਾ ਕਿ ਕੋਈ ਚੀਜ਼ ਕਿੱਥੇ ਜਾ ਰਹੀ ਹੈ, ਕਿਹਦੀ ਹੈ, ਤਾਂ ਉਹਨੂੰ ਉਹਦਾ ਕੋਈ ਹਿੱਸਾ ਮਿਲੂਗਾ ਜਾਂ ਨਹੀਂ ਮਿਲੂਗਾ। ਪਰ ਫਿਰ ਵੀ ਪੰਜਾਬ ਨੇ ਇਹ ਕਿਹਾ ਕਿ ਸਾਡੇ ਕੋਲ ਵਾਧੂ ਪਾਣੀ ਨਹੀਂ, ਹਰ 25 ਸਾਲ ਬਾਅਦ ਜਿਹੜੀ ਫਲੋ ਸੀਰੀਜ ਹੈ ਉਹ ਬਦਲ ਜਾਂਦੀ ਹੈ, ਜਿਹੜੀ ਪਹਿਲਾਂ ਵਾਲੀ ਸੀ 1921 ਤੋਂ 1945 ਵਾਲਾ ਤੇ ਫਿਰ 1961 ਤੱਕ ਵਾਲੀ ਵੀ ਆ ਗਈ ਸੀ, ਉਹ ਤੋਂ ਬਾਅਦ ਵਾਲੀ ਚ ਵੀ ਪਾਣੀ ਤੁਸੀਂ ਜਦੋਂ ਪੈਮਾਇਸ਼ ਕਰਦੇ ਹੋ ਤੇ ਪਾਣੀ ਹੈ ਹੀ ਨਹੀਂ ਹੈ, ਇਸ ਕਰਕੇ ਪਾਣੀ ਦੇਣ ਦਾ ਮਤਲਬ ਨਹੀਂ ਹੈ। ਤੇ ਉਧਰੋਂ ਬਲਕਿ ਪਾਣੀ ਇੱਧਰ ਨੂੰ ਆਊਗਾ ਜੇ ਗੰਗਾ ਦੇ ਵੱਲੋਂ ਦੇ ਦਿਓ। ਔਰ ਰਿਪੇਰੀਅਨ ਪ੍ਰਿੰਸੀਪਲ ਵੀ ਇੱਕ ਆਧਾਰ ਹੈਗਾ ਹੀ ਹੈਗਾ ਕਿ ਜੇਕਰ ਇਹ ਨਹੀਂ ਕੀਤਾ ਤਾਂ ਜਮਨਾ ਦਾ ਪਾਣੀ ਟੋਟਲ ਹਰਿਆਣੇ ਨੂੰ ਕਿਉਂ ਛੱਡਿਆ ਗਿਆ? ਇਸੇ ਕਰਕੇ ਛੱਡਿਆ ਗਿਆ ਕਿ ਉਹ ਨਾਨ ਰਿਪੇਰੀਅਨ ਹੈ, ਪੰਜਾਬ ਉਹਦਾ ਰਿਪੇਰੀਅਨ ਨਹੀਂ ਹੈ ਉਸ ਮਾਮਲੇ ਦੇ ਉੱਤੇ। ਉਹ ਸਾਰੇ ਸਵਾਲ ਨੇ ਤੇ ਨਾਲ ਪੰਜਾਬ ਇਹ ਗੱਲ ਕਰਦਾ ਬਾਰ ਬਾਰ ਕਿ ਐਸ ਵਾਈ ਐਲ ਦੀ ਲੋੜ ਤਾਂ ਹੀ ਪਊਗੀ ਨਾ ਜੇ ਪਾਣੀ ਪਹਿਲਾਂ ਪਤਾ ਲੱਗ ਜਾਊਗਾ ਕਿ ਪਾਣੀ ਦੇਣਾ ਨਹੀਂ ਦੇਣਾ, ਇਹਦੇ ਤੇ ਕੋਈ ਫੈਸਲਾ ਹੋਊਗਾ। ਔਰ ਕੱਲ ਮੈਂ ਕਮੈਂਟ ਵੀ ਪੜ੍ਹ ਰਿਹਾ ਸੀ, ਆਪਣੇ ਕੋਈ ਸੱਜਣ ਕਰ ਰਹੇ ਸੀ ਉਸ ਮਾਮਲੇ ਦੇ ਉੱਤੇ ਕਿ ਜੀ ਐਸ ਵਾਈ ਐਲ ਕੱਢਿਆ ਜਾਏ ਪਾਣੀ, ਫਿਰ ਸੁਪਰੀਮ ਕੋਰਟ ਡਿਸਾਈਡ ਨਹੀਂ ਕਰ ਸਕਦੀ, ਹੋਰ ਕੌਣ ਕਰ ਸਕਦਾ? ਇਹ ਬਹੁਤ ਟੈਕਨੀਕਲ ਮਾਮਲਾ ਹੈ ਪਾਣੀ, ਇਹ ਸਮਝਣਾ ਵੀ ਚਾਹੀਦਾ ਸਾਰੇ ਲੋਕਾਂ ਨੂੰ ਕਿ ਸੁਪਰੀਮ ਕੋਰਟ ਦਾ ਪਾਣੀ ਦੀ ਵੰਡ ਚ ਕੋਈ ਰੋਲ ਹਿਸਟੋਰੀਕਲੀ ਕਦੇ ਵੀ ਨਹੀਂ ਹੈ ਤੇ ਨਾ ਅੱਜ ਤੱਕ ਉਹਦੇ ਕੋਲ ਕੋਈ ਰਾਈਟ ਹੈ, ਹੱਕ ਹੈ ਕਿਸੇ ਅਦਾਲਤ ਕੋਲ ਵੀ। ਇਹ ਇੰਟਰਸਟੇਟ ਰਿਵਰ ਵਾਟਰ ਰਿਵਰ ਡਿਸਪਿਊਟ ਵਾਟਰ ਐਕਟ ਜਿਹੜਾ 56 ਹੈ ਉਹ ਇੰਟਰਸਟੇਟ ਵਾਟਰ ਤੇ ਇੱਕ ਟ੍ਰਿਬਿਊਨਲ ਬਣਦਾ ਹੈ, ਉਸ ਟ੍ਰਿਬਿਊਨਲ ਚ ਕੋਈ ਜੱਜ ਨਹੀਂ ਹੁੰਦਾ, ਟੈਕਨੋਕਰੇਟ ਹੁੰਦੇ ਨੇ ਜਿਹੜੇ ਪਾਣੀ ਦੇ ਮਾਹਰ ਹੁੰਦੇ ਨੇ ਤੇ ਉਹ ਡਿਸਾਈਡ ਕਰਦੇ ਨੇ ਉੱਥੇ ਜਾ ਕੇ ਕਿ ਕਿਹੜੇ ਨੂੰ ਕੀ ਮਿਲੇਗਾ, ਚਾਹੇ ਉਹ ਨਰਮਦਾ ਸੀ, ਕਵੇਰੀ ਦਾ ਸੀ, ਕ੍ਰਿਸ਼ਨਾ ਦਾ ਸੀ, ਜਿੰਨੇ ਵੀ ਡਿਸਾਈਡ ਹੋਏ ਨੇ। ਹਾਂ, ਸੁਪਰੀਮ ਕੋਰਟ ਕੋਈ ਉਦੋਂ ਬਾਅਦ ਜਾਂਦਾ ਕਿ ਟ੍ਰਿਬਿਊਨਲ ਦਾ ਅਵਾਰਡ ਲਾਗੂ ਨਹੀਂ ਕਰ ਰਹੇ ਜੇ ਜਾਣਾ, ਮਤਲਬ ਲਾ ਪੁਆਇੰਟ ਤੇ ਤਾਂ ਜਾਂਦਾ, ਸੁਪਰੀਮ ਕੋਰਟ ਦਾ ਉੱਥੇ ਉਨਾ ਕੁ ਰੋਲ ਆਉਂਦਾ। ਇਸ ਕਰਕੇ ਕਈ ਵਾਰ ਇਹਦੇ ਨਾਲ ਕਨਫਿਊਜ਼ ਕਰਨਾ ਵੀ ਸੁਪਰੀਮ ਕੋਰਟ ਉੱਚ ਅਦਾਲਤ ਹੈ, ਸਰਵਉੱਚ, ਸਭ ਕੁਝ ਕਰ ਸਕਦੀ ਹੈ, ਸਭ ਕੁਝ ਸੰਵਿਧਾਨ ਕਰ ਸਕਦਾ, ਸੰਵਿਧਾਨ ਨੇ ਹੀ ਸੁਪਰੀਮ ਕੋਰਟ ਨੂੰ ਤਾਕਤ ਦਿੱਤੀ ਹੈ, ਸੰਵਿਧਾਨ ਨੇ ਹੀ ਉਹਦੇ ਚ ਪਾਣੀ ਦੀ ਵੰਡ ਦਾ ਜ਼ਿਕਰ ਕੀਤਾ ਹੋਇਆ, ਸੰਵਿਧਾਨ ਨੇ ਹੀ ਟ੍ਰਿਬਿਊਨਲ ਕਿੱਥੇ ਬਣਨਾ ਕਿੱਥੇ ਨਹੀਂ ਇਹ ਤੈਅ ਕੀਤਾ ਹੋਇਆ। ਇਹ ਬੜਾ ਉਲਝਣ ਭਰਪੂਰ ਮਾਮਲਾ ਹੈ, ਸਿੱਧਾ ਐਸਾ ਮਾਮਲਾ ਨਹੀਂ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਲੱਗ ਰਿਹਾ ਕਿਸੇ ਨਾ ਕਿਸੇ ਰੂਪ ਚ। ਇਸੇ ਕਰਕੇ ਸੁਪਰੀਮ ਕੋਰਟ ਵੀ ਇਸ ਗੱਲ ਤੇ ਹੀ ਨਹੀਂ ਆ ਰਹੇ, ਉਹ ਕਹਿੰਦੇ ਨੇ ਮੇਰੇ ਸਾਹਮਣੇ ਤਾਂ ਐਸ ਵਾਈ ਐਲ ਦਾ ਮੁੱਦਾ ਪਿਆ, ਪਾਣੀ ਦਾ ਤਾਂ ਫਿਰ ਦੇਖੀ ਜੋ, ਪਾਣੀ ਦਾ ਕੋਈ ਗੱਲ ਨਹੀਂ। ਹੁਣ ਲੀਗਲ ਪੁਆਇੰਟ ਤੋਂ ਵੀ ਔਰ ਪੋਲੀਟੀਕਲ ਪੁਆਇੰਟ ਤੋਂ ਇੱਕ ਜਿੱਦ ਜੀ ਵਾਲਾ ਮਾਹੌਲ ਹੋ ਗਿਆ, ਜਿਵੇਂ ਆਇਆ ਹੁੰਦਾ ਨਾ ਵੀ ਬਾਕੀ ਤਾਂ ਹੁਣ ਅਸੀਂ ਦੇਖਾਂਗੇ, ਪਹਿਲਾਂ ਇਹ ਕਰੋ ਫਿਰ ਦੇਖੀ ਜਾਊਗੀ ਜੋ ਕੁਛ ਹੁੰਦਾ। ਇਹ ਜਿੱਦ ਨਾਲ ਨਹੀਂ, ਆਪਣਾ ਓਵਰਆਲ ਦੇਸ਼ ਚ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਲੋਕਾਂ ਦੇ ਵਿੱਚ ਪਹਿਲਾਂ ਹੀ ਬੇਚੈਨੀ ਆ ਹੋਰ ਬਹੁਤ ਸਾਰੇ ਮਾਮਲਿਆਂ ਦੇ ਕਰਕੇ, ਇਹਨੂੰ ਬੈਠ ਕੇ ਕਿਸ ਤਰੀਕੇ ਨਾਲ ਸੁਲਝਾਇਆ ਜਾਣਾ ਚਾਹੀਦਾ, ਉਹ ਇਨਸਾਫ਼ ਦੀ ਕਸਮੱਟੀ ਹੈ, ਉਹਦੇ ਚ ਕਾਨੂੰਨ ਕੀ ਕਹਿੰਦਾ, ਸੰਵਿਧਾਨ ਕੀ ਕਹਿੰਦਾ, ਇਹਦੇ ਨਾਲ ਦੀ ਨਾਲ ਇਹ ਵੀ ਇੱਕ ਤਰੀਕਾ ਹੈ। ਜਿਵੇਂ ਉਦੋਂ ਵੀ ਇਦੋਂ ਪਹਿਲਾਂ ਇਹ ਦਲੀਲਾਂ ਆਈਆਂ ਨੇ ਕਿ ਪਾਣੀ ਜਿਹੜਾ ਪਰ ਯੂਨਿਟ ਜਿਹੜੀ ਉਹਦੀ ਵਰਤੋਂ ਹੈ ਉਹਦੀ ਪ੍ਰੋਡਕਟੀਵਿਟੀ ਦਾ ਸਿਧਾਂਤ ਵੀ ਦੁਨੀਆਂ 'ਚ ਚੱਲਦਾ, ਜਿੱਥੇ ਜਿੱਥੇ ਦੀ ਉਹ ਜਾਂਦਾ ਹੈ ਜਿੰਨਾ ਉਹ ਤੋਂ ਦੂਰ ਲਿਜਾਈ ਜਾਓਗੇ ਉਹਦਾ ਲਾਸ ਹੋਈ ਜਾਂਦਾ ਪਾਣੀ ਦਾ ਕੰਪੈਰੇਟਿਵਲੀ ਦੂਜੇ ਦੇ ਮੁਕਾਬਲੇ। ਤੁਸੀਂ ਓਵਰਆਲ ਜੇ ਇਨਸਾਨੀਅਤ ਦੇ ਐਂਗਲ ਤੋਂ ਸੋਚਣਾ ਉਹਦਾ ਵੀ ਲਾਸ ਕਰ ਰਹੇ ਹੋ ਜਿੰਨਾ ਚਿਰ ਅੱਗੇ ਤੋਂ ਅੱਗੇ ਜਿਹੜਾ ਲਿਜਾਈ ਜਾ ਰਹੇ ਹੋ। ਆਪਾਂ ਰਾਜਸਥਾਨ ਵਾਲਾ ਦੇਖਿਆ ਕਿਵੇਂ ਸੇਮ ਆਲੇ ਦੁਆਲੇ ਸਾਰੇ ਕਿਤੇ ਉਹ ਰਾਜਸਥਾਨ ਦਾ ਇਲਾਕੇ 'ਚ ਵੀ ਕਈ ਜਗ੍ਹਾ ਆ ਗਈ ਹੈ ਵੱਖ ਵੱਖ ਮਾਮਲਿਆਂ ਦੇ ਵਿੱਚ। ਇਹ ਕਾਫੀ ਬੜਾ ਮਾਮਲਾ ਹੈ ਜਿਹੜਾ ਮਾਮਲਾ, ਬਾਕੀ 4 ਜਨਵਰੀ ਨੂੰ ਹੈ, 4 ਜਨਵਰੀ ਨੂੰ ਮੇਰੇ ਖਿਆਲ ਪੰਜਾਬ ਕੋਲ ਆਪਣਾ ਇਹੀ ਸਟੈਂਡ ਪੁਆਇੰਟ ਹੈ। ਹੋਰ ਨਵਾਂ ਸਟੈਂਡ ਪੁਆਇੰਟ ਤਾਂ ਕੀ ਹੋਣਾ ਕਿ ਤੁਸੀਂ ਪਹਿਲਾਂ ਪਾਣੀ ਦੀ ਪੈਮਾਇਸ਼ ਕਰਾ ਲਓ, ਉਦੋਂ ਬਾਅਦ ਐਸ ਵਾਈ ਐਲ ਦੇਖਾਂਗੇ। ਇਹੀ ਹੈ ਕਿ ਤੁਸੀਂ ਉਧਰੋਂ ਹਰਿਆਣੇ ਨੂੰ ਜਿਹੜਾ ਪਹਿਲਾਂ ਦੇ ਰਹੇ ਨੇ ਉਧਰੋਂ ਦੇ ਲਓ ਪਾਣੀ, ਜਿੱਥੋਂ ਵੀ ਤੁਸੀਂ ਲੈਣਾ ਗੰਗਾ ਤੋਂ ਦੇ ਲਓ ਲਿਆ ਕੇ, ਜਮਨਾ ਦਾ ਹੋਰ ਪਾਣੀ ਦੇ ਦਿਓ, ਵੱਖ ਵੱਖ ਮਾਮਲੇ। ਉਹ ਲੌਜਿਕ ਉਹੀ ਨੇ ਸਾਰੇ ਮਾਮਲਿਆਂ ਦੇ ਵਿੱਚ। ਹੁਣ ਇੰਨੇ ਘਸ ਗਏ ਆ ਇਹ ਦਲੀਲਾਂ, ਇਹਦੇ ਚ ਨਵੇਂ ਦੀ ਉਮੀਦ ਵੀ ਕੋਈ
ਇੱਕ ਦੂਜੇ ਤੋਂ ਨਹੀਂ ਆ। ਹਰਿਆਣੇ ਕੋਲ ਸਿੱਧਾ ਹੀ ਕੰਮ ਇਹ ਹੈ ਜੀ, ਤੁਹਾਡਾ ਫੈਸਲਾ ਹੈ ਇਹ ਲਾਗੂ ਕਰਾਓ, ਇਹ ਤੋਂ ਬਿਨਾਂ ਨਾ। ਹੁਣ ਗਵਰਨਮੈਂਟ ਆਫ ਇੰਡੀਆ ਇਹ ਡਿਸਾਈਡ ਡਿਸੀਜਨ ਲੈ ਸਕਦੀ ਹੈ। ਵੈਸੇ ਪ੍ਰਧਾਨ ਮੰਤਰੀਆਂ ਤੋਂ ਕਈ ਸੱਜਣ ਇਹ ਵੀ ਕਹਿੰਦੇ ਨੇ ਕਿ 1976 'ਚ ਇੰਦਰਾ ਗਾਂਧੀ ਨੇ ਬੀਂਗ ਏ ਪ੍ਰਾਈਮ ਮਿਨਿਸਟਰ ਇੱਕ ਅਵਾਰਡ ਦਿੱਤਾ ਸੀ, ਔਰ ਉਹ ਅਵਾਰਡ ਇਹ ਜੇ ਪ੍ਰਾਈਮ ਮਿਨਿਸਟਰ ਜਿਹੜਾ ਕਿ ਨਹੀਂ ਸੀ ਦੇ ਸਕਦੇ, ਜੇ ਉਹੀ ਅਵਾਰਡ ਹੁਣ ਵਾਲੇ ਚੀਫ ਪ੍ਰਾਈਮ ਮਿਨਿਸਟਰ ਹੱਲ ਕਰਨਾ ਚਾਹੁੰਦੇ ਨੇ ਉਹ ਵਾਪਸ ਲੈ ਲੈਣ। ਕੰਟੀਨਿਊਟੀ ਸੀ ਸਰਕਾਰਾਂ 'ਚ, ਜੇ ਪ੍ਰਾਈਮ ਮਿਨਿਸਟਰ ਨੂੰ ਉਦੋਂ ਰਾਈਟ ਸੀ ਤੇ ਅੱਜ ਵਾਲਾ ਪ੍ਰਾਈਮ ਮਿਨਿਸਟਰ ਵੀ ਤਾਂ ਇਹ ਕੰਮ ਕਰ ਹੀ ਸਕਦਾ ਭਾਈ, ਇਹ ਨਹੀਂ ਠੀਕ ਆਪਾਂ ਨਵੇਂ ਸਿਰੇ ਕਰਦੇ ਹਾਂ। ਪਰ ਹੁਣ ਇਹ ਪੋਲੀਟੀਕਲ ਗੱਲਾਂ ਦੇ ਕੌਣ ਕਰੇਗਾ, ਜਿਹੜਾ ਲਾਲਜੀਤ ਭੁੱਲਰ ਉਹਨਾਂ ਨਾਲ ਮਾਮਲਾ ਤੁਸੀਂ ਗੱਲ ਕੀਤੀ ਹੈ, ਇਹ ਬੜਾ ਇੱਕ ਲੈਵਲ ਤੇ ਹਾਸੋ ਹਿਲਣਾ ਵੀ ਹੈ ਤੇ ਦੂਜੇ ਲੈਵਲ ਤੇ ਗੰਭੀਰ ਬਹੁਤ ਮਾਮਲਾ ਜੇ ਹਿਸਟੋਰੀਕਲ ਪਰਸਪੈਕਟਿਵ ਤੋਂ ਤੁਸੀਂ ਦੇਖੋ। ਹਾਲਾਂਕਿ ਮੈਨੂੰ ਲੱਗਦਾ ਹੈ ਸਿਆਸਤ ਤੋਂ ਕੋਰੇ ਆਦਮੀ ਜਿਹੜੇ ਪੋਲਿਟਿਕਸ 'ਚ ਜਦੋਂ ਵੀ ਆਉਣਗੇ ਤਾਂ ਉਹ ਇਹੋ ਜਿਹੀਆਂ ਬਚਕਾਨਾ ਗੱਲਾਂ ਕਰਨਗੇ ਜਿਹੜੀਆਂ ਵੱਖ ਵੱਖ ਨੇ, ਨਾ ਉਹਨਾਂ ਨੂੰ ਹਿਸਟਰੀ ਪਤਾ, ਨਾ ਉਹਨਾਂ ਨੂੰ ਉਹਦੀਆਂ ਕੰਪਲੀਕੇਸ਼ਨ 'ਚ ਪਤਾ ਨੇ, ਨਾ ਉਲਝਣਾ ਪਤਾ ਨੇ, ਬਸ ਐਵੇਂ ਜੇ ਇੱਕ ਫੋਕਾ ਜਿਹਾ ਬਿਆਨ। ਪਹਿਲਾਂ ਜਿਵੇਂ ਇੱਕ ਬੀਬੀ ਇਹਨਾਂ ਦੀ ਉਹ ਮੰਤਰੀ ਗੱਲ ਕਰਦੀ ਸੀ, ਕੇਜਰੀਵਾਲ ਲਿਆਓ 5 ਮਿੰਟ 'ਚ MSP ਸਾਰੀਆਂ ਫਸਲਾਂ ਤੇ ਮਿਲੂਗੀ, 5 ਮਿੰਟ 'ਚ ਆ ਹੋਊਗਾ, ਪਤਾ ਨੀ ਕੀ ਕੀ ਕਰੀ ਜਾ ਰਹੇ ਨੇ ਨਾ, ਐਡਾ ਹਲਕਾ ਪਣ ਕੰਮ ਵੀ ਸਾਡੇ ਕੋਲ ਸਾਰਾ ਕੁਝ ਹੈ। ਪੰਜਾਬੀ ਸੂਬੇ ਦਾ ਮੋਰਚਾ ਕਿੰਨੇ ਸਾਲ ਲੱਗਿਆ, ਕਿੰਨੇ ਲੋਕ ਜੇਲ੍ਹਾਂ 'ਚ ਗਏ, ਗਵਰਨਮੈਂਟ ਆਫ ਇੰਡੀਆ ਦੀ ਇੱਕ ਪਾਲਿਸੀ ਸੀ ਭਾਸ਼ਾ ਦੇ ਆਧਾਰ ਤੇ ਸੂਬੇ ਰੀਆਰਗੇਨਾਈਜ਼ ਕਰਨਾ, ਪੰਜਾਬੀ ਉਹਨਾਂ ਭਾਸ਼ਾਵਾਂ 'ਚ ਸ਼ਾਮਲ ਹੈ ਜਿਹੜੀਆਂ 22 ਭਾਸ਼ਾਵਾਂ ਰਿਕੋਗਨਾਈਜ਼ਡ ਨੇ ਕਾਨਸਟੀਟਿਊਸ਼ਨ 'ਚ, ਇੰਡੀਅਨ ਕਾਨਸਟੀਟਿਊਸ਼ਨ ਦੇ ਵਿੱਚ। ਉਹਦੇ ਲਈ ਫਿਰ ਬੋਲੀ ਦੇ ਆਧਾਰ ਤੇ ਸਟੇਟ ਦੀ ਇੱਕ ਸਟਰਗਲ ਚੱਲੀ ਹੈ, ਪੰਜਾਬ ਦੇ ਲੋਕਾਂ ਦੀ ਤੁਹੀਨ ਕਰ ਰਿਹਾ, ਭੁੱਲਰ ਨੂੰ ਕੁਝ ਨਹੀਂ ਪਤਾ ਹਿਸਟੋਰੀਕਲ ਬੈਕਗਰਾਉਂਡ ਦਾ, ਜਾਂ ਭੁੱਲਰ ਹੋਣੀ ਜਿਵੇਂ BTV ਕਹਿੰਦੇ ਨੇ RSS ਦੀ, ਇਹਦਾ ਮਤਲਬ ਜੇ ਉਹਦੀ ਪਾਰਟੀ ਦਾ ਸਟੈਂਡ ਹੈ ਤਾਂ ਪਾਰਟੀ ਨੂੰ ਪਤਾ ਹੋਣਾ ਚਾਹੀਦਾ ਕਿ ਜਨਸੰਘ ਨੇ ਅੰਮ੍ਰਿਤਸਰ ਦੇ ਵਿੱਚ ਪੈਰਲਰ ਭੁੱਖ ਹੜਤਾਲ ਰੱਖੀ ਸੀ ਪੰਜਾਬੀ ਸੂਬੇ ਦੇ ਮੋਰਚੇ ਦੇ, ਕਿ ਮਹਾਂ ਪੰਜਾਬ ਦਾ ਸਲੋਗਨ ਦਿੱਤਾ ਸੀ, ਮਹਾਂ ਪੰਜਾਬ ਦਾ ਸਲੋਗਨ ਜਿਵੇਂ ਅਖੰਡ ਭਾਰਤ ਦਾ ਸਲੋਗਨ RSS ਦਾ ਸਲੋਗਨ ਹੈ। ਅਖੰਡ ਭਾਰਤ ਦਾ ਮਤਲਬ ਹੈ ਕਿ ਅਸੀਂ ਬੰਗਲਾਦੇਸ਼ ਪਾਕਿਸਤਾਨ ਸਭ ਨੂੰ ਇਕੱਠੇ ਬੁਲਾਉਣਾ, ਵਿੱਚ ਜਬਰੀ ਬਣਾਉਣਾ ਜਾਂ ਜਿਵੇਂ ਬਣਾਉਣਾ, ਔਰ ਜਿਵੇਂ ਉਹ ਪ੍ਰੋਬਲਮ ਕ੍ਰੀਏਟ ਕਰ ਰਿਹਾ ਉਵੇਂ ਮਹਾਂ ਪੰਜਾਬ ਦਾ ਸਲੋਗਨ ਵੀ RSS ਤੇ ਜਨਸੰਘ ਦਾ ਸਲੋਗਨ ਹੈ, ਤੇ ਮਹਾਂ ਪੰਜਾਬ ਦੇ ਸਲੋਗਨ ਜਿਹੜੇ ਦੇਣ ਵਾਲੇ ਸੱਜਣ ਨੇ ਉਹਨਾਂ ਨੂੰ ਉਹਨਾਂ ਦੀਆਂ, ਸਾਨੂੰ ਡਾਇਵਰਸਿਟੀ 'ਚ ਯਕੀਨ ਕਰਨਾ ਪਏਗਾ, ਸਾਡਾ ਕੰਟਰੀ ਨੇਚਰ ਦੇ ਵਿੱਚ ਵੀ ਤੇ ਕੰਟਰੀ ਦੇ ਸੰਵਿਧਾਨ ਦੇ ਵਿੱਚ ਵੀ ਇੱਥੇ ਵੰਨ ਸੁਵੰਨਤਾ ਹੈ, ਉਹ ਵੰਨ ਸੁਵੰਨਤਾਵਾਂ ਦੀ ਕਦਰ ਕਰਨੀ, ਉਹਦੀ ਬੋਲੀ ਦੀ ਕਦਰ ਕਰਨੀ, ਉਹਦੇ ਪਹਿਰਾਵੇ ਦੀ ਕਦਰ ਕਰਨੀ, ਉਹਦੇ ਵਿਰਾਸਤ ਦੀ ਕਦਰ ਕਰਨਾ, ਮਤਲਬ ਕਦਰ ਕਰਨਾ, ਜਿੰਨਾ ਚਿਰ ਇਹ ਨਹੀਂ ਸਿੱਖਿਆ ਜਾਏਗਾ ਫਿਰ ਇੱਕ ਭਾਰਤ ਇੱਕ ਦੇਸ਼ ਇੱਕ ਚੋਣ ਇੱਕ ਫਲਾਨਾ ਇਹ ਸਾਰਾ ਕੁਝ ਉੱਧਰ ਨੂੰ ਜਾਏਗਾ, ਜਿਹੜੇ ਪਾਸੇ ਉਹ ਸਮੱਸਿਆਵਾਂ ਖੜੀਆਂ ਕਰ ਰਹੇ ਨੇ ਤੁਸੀਂ ਵੀ ਉਹੀ ਖੜੀਆਂ ਕਰੇ, ਤੇ ਕੇਜਰੀਵਾਲ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ, ਭਗਵੰਤ ਮਾਨ ਨੂੰ ਬੋਲਣਾ ਚਾਹੀਦਾ ਇਸ ਸਵਾਲ ਤੇ ਕਿ ਤੁਹਾਡਾ ਆਫੀਸ਼ਲ ਸਟੈਂਡ ਹੈ, ਜੇ ਤੁਹਾਡਾ ਆਫੀਸ਼ਲ ਸਟੈਂਡ ਹੈ ਤਾਂ ਪੰਜਾਬ ਦੇ ਲੋਕ ਪੁੱਛਣਗੇ ਤੁਹਾਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਇਹਦਾ ਮਤਲਬ ਚੰਡੀਗੜ੍ਹ ਤੇ ਨਹੀਂ ਲੜ ਰਹੇ ਕਿ ਸਾਡੀ ਰਾਜਧਾਨੀ ਚਲੀ ਗਈ, ਤੁਸੀਂ ਪੰਜਾਬੀ ਬੋਲਦੇ ਇਲਾਕੇ ਜਿਹੜੇ ਬਾਹਰ ਛੱਡ ਦਿੱਤੇ ਗਏ ਜਿਹਦੇ ਤੇ ਵਿਤਕਰਾ ਹੋਇਆ ਉਹਨਾਂ ਤੇ ਲੜਨ ਲਈ ਤਿਆਰ ਨਹੀਂ ਹੋ, ਤੁਸੀਂ ਪਾਣੀ ਦੇ ਬਾਕੀ ਦੇ ਇਸ਼ੂ ਦੇ ਉੱਤੇ ਜਿਹੜੇ ਜਾਇਜ਼ ਸਟੈਂਡ ਲੈਣ ਲਈ ਤਿਆਰ ਨਹੀਂ ਹੋ, ਤੁਸੀਂ ਉਹਦਾ ਇੱਕ ਮੋਟਾ ਹੱਲ ਚਾਹੁੰਦੇ ਹੋ ਕਿ ਮਲਗੋਬਾ ਕਰ ਦਿਓਗੇ ਸਾਰਾ ਕੁਝ, ਫਿਰ ਹਿਮਾਚਲੀਆ ਤੋਂ ਪੁੱਛੋ ਉਹ ਤਿਆਰ ਹੋਣਗੇ, ਫਿਰ ਹਰਿਆਣਵੀਆ ਤੋਂ ਪੁੱਛੋ ਉਹਨਾਂ ਦੀ ਵੀ ਆਪਣੀ ਜਦੋਜਹਿਦ ਆਪਣੀ ਪਛਾਣ ਹੈ, ਉਹ ਤਿਆਰ ਹੋਣਗੇ ਇਹਨਾਂ ਗੱਲਾਂ ਦੇ ਵਾਸਤੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਇਹਦੇ ਲਈ ਕੋਈ ਤਿਆਰ ਨਹੀਂ ਹੋਏਗਾ ਕਿਉਂਕਿ ਹਿਸਟਰੀ ਇਵਾਲਵ ਹੁੰਦੀ ਹੈ, ਉੱਥੇ ਤੱਕ ਆਉਂਦੀ ਹੈ ਤੇ ਉੱਥੇ ਤੱਕ ਆਉਂਦੀ, ਇੱਥੇ ਤੱਕ ਆ ਕੇ ਖੜਦੀ ਹੈ। ਇਹ ਬਹੁਤ ਮਹੱਤਵਪੂਰਨ ਇੱਕ ਹਿਸਟਰੀ 'ਚ ਲੋਕਾਂ ਨੇ ਇਹਦੇ ਤੇ ਕੁਰਬਾਨੀਆਂ ਦਿੱਤੀਆਂ ਨੇ ਆਪੋ ਆਪਣੀ ਪਛਾਣ ਦੇ ਲਈ, ਆਪੋ ਆਪਣੀ ਗੱਲ ਦੇ ਲਈ, ਔਰ ਹਰਿਆਣਵੀ ਦੀ ਕੋਈ ਸਕ੍ਰਿਪਟ ਨਹੀਂ ਹੈ, ਨਹੀਂ ਤਾਂ ਹਰਿਆਣਵੀ ਫੋਕ ਕਲਚਰ ਚੱਲਦਾ ਤੁਹਾਡੇ ਸਾਹਮਣੇ, ਉਹ ਹਿੰਦੀ 'ਚ ਰਣਗੰਡ ਕਰ ਰੱਖਿਆ, ਕਦੇ ਡਿਮਾਂਡ ਉੱਠੇਗੀ ਹਰਿਆਣੇ ਦੀ ਉਸ ਪੱਧਰ ਦੇ ਉੱਤੇ ਜਿਹਾ ਜਿਹਾ ਹੋ ਰਹੀ ਹੈ ਜਿਵੇਂ ਭੋਜਪੁਰੀ ਦੀ ਉੱਠ ਰਹੀ ਹੈ, ਜਿਵੇਂ ਵੱਖ ਵੱਖ ਉੱਠ ਰਹੀ ਹੈ। ਇਹ ਸਾਰੀ ਦੁਨੀਆਂ ਦੇ ਵਿੱਚ ਪਛਾਣਾਂ ਦੇ ਸਵਾਲ ਨੇ, ਉਹਨਾਂ ਪਛਾਣਾਂ ਨੂੰ ਤੁਸੀਂ ਬਲਡੋਜ ਨਹੀਂ ਕਰ ਸਕਦੇ ਕਿਸੇ ਵੀ ਰੂਪ ਦੇ ਵਿੱਚ,
ਇਸ ਲਈ ਉਹਨੂੰ ਜਵਾਬ ਮੇਰਾ ਕਹਿਣਾ ਉਹ ਨੌਸਿਖੀਆ ਹੋ ਸਕਦਾ ਚਾਹੇ ਮੰਤਰੀ ਹੈ ਪੰਜਾਬ ਦਾ, ਪਰ ਉਹਦੇ ਲੀਡਰਸ਼ਿਪ ਨੂੰ ਇਹਦੇ ਤੇ ਜਵਾਬ ਆਫੀਸ਼ਲੀ ਜ਼ਰੂਰ ਦੇਣਾ ਚਾਹੀਦਾ, ਨਹੀਂ ਤਾਂ ਰੋਲ ਘਚੋਲਾ ਕਰਕੇ ਆਏ ਦਿਨ ਅੱਗ ਲਾਈ ਡੱਬੂ ਕੰਧ ਤੇ, ਜਿਹੜਾ ਰੋਜ਼ ਨਵੀਆਂ ਪ੍ਰੋਬਲਮਸ ਕ੍ਰੀਏਟ ਕਰਕੇ ਤੁਸੀਂ ਚਲੇ ਜਾਓ। ਇਹਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਵੀ ਕਿ ਮੈਨੂੰ ਪਤਾ ਨਹੀਂ ਹੈ ਜੀ, ਇਸ ਕਰਕੇ ਤੁਹਾਡਾ ਗੁਨਾਹ ਨਹੀਂ, ਨਾ ਪਤਾ ਹੋਣ ਦੇ ਕਰਕੇ ਮਾਫ ਹੋ ਜਾਂਦਾ ਕਦੇ ਵੀ ਕਿਸੇ ਗੱਲ ਦਾ। ਦੇਖੋ ਜਿਸ ਤਰੀਕੇ ਨਾਲ SYL ਦੇ ਮੁੱਦੇ ਦੇ ਉੱਤੇ ਕੱਲ ਮੀਟਿੰਗ ਬੇਸਿੱਟਾ ਰਹੀ, ਲੱਗਦਾ ਹੈ ਕਿ ਵੀ SYL ਕਨਾਲ ਬਣੇਗੀ ਨਹੀਂ ਬਣੇਗੀ, ਪਾਣੀ ਆਏਗਾ ਨਹੀਂ ਆਏਗਾ। ਪਰ ਹਾਂ, ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਸਿਆਸੀ ਪਾਣੀ, ਭਾਵੇਂ ਹਰਿਆਣੇ ਦੇ ਵਿੱਚ ਭਾਵੇਂ ਪੰਜਾਬ ਦੇ ਵਿੱਚ, ਇਹ ਬਹਿੰਦਾ ਰਹੇਗਾ ਔਰ ਇਹ ਸਿਆਸੀ ਪਾਣੀ ਦਾ ਲਾਹਾ ਲੈਣ ਦੀ ਕੋਸ਼ਿਸ਼ ਵੱਖ ਵੱਖ ਪਾਰਟੀਆਂ ਕਰਨਗੀਆਂ। ਹੁਣ ਜਿੱਥੇ ਤੱਕ ਲਾਲਜੀਤ ਭੁੱਲਰ ਉਹਨਾਂ ਦੇ ਬਿਆਨ ਦਾ ਮਤਲਬ ਹੈਗਾ, ਤੁਸੀਂ ਹੁਣੇ ਕਹਿ ਕੇ ਹਟਿਆ ਕਿ ਇੰਦਰਾ ਗਾਂਧੀ ਨੇ ਇੱਕ ਅਵਾਰਡ ਦਿੱਤਾ ਸੀ, ਉਹ ਬਤੌਰ ਪ੍ਰਧਾਨ ਮੰਤਰੀ ਉਹਨਾਂ ਨੇ ਅਵਾਰਡ ਦਿੱਤਾ ਸੀ, ਤੇ ਉਹਨੂੰ ਹੁਣ ਦੇ ਪ੍ਰਧਾਨ ਮੰਤਰੀ ਕੈਂਸਲ ਕਰ ਸਕਦੇ ਨੇ। ਏਦਾਂ ਹੀ ਰੀਓਰਗਨਾਈਜੇਸ਼ਨ ਐਕਟ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪੰਜਾਬ ਨੂੰ ਇੱਕ ਖਾਲਸਾ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਹਜੇ ਤੱਕ ਅੱਧੀ ਅਧੂਰੀ ਹੈ। ਅਸੀਂ ਹਰਿਆਣਾ ਗਵਾ ਲਿਆ, ਅਸੀਂ ਹਿਮਾਚਲ ਗਵਾ ਲਿਆ, ਲੇਕਿਨ ਅਸੀਂ ਉੱਥੇ ਹੀ ਖੜੇ ਆ। ਇਸ ਗੱਲ ਦਾ ਹੀ ਜ਼ਿਕਰ ਸ਼ਾਇਦ ਲਾਲਜੀਤ ਭੁੱਲਰ ਉਹਨਾਂ ਕਰ ਰਹੇ ਹੋਣਗੇ ਵੀ ਸੂਬੀ ਨੂੰ ਸੂਬਾ ਫਿਰ ਬਣਾਈਏ ਤੇ ਕਿਸ ਤਰੀਕੇ ਨਾਲ ਅੱਗੇ ਵਧੀਏ। ਪਰ ਇਸ ਬਿਆਨ ਦਾ ਸਿਆਸੀ ਮਤਲਬ ਕੀ ਹੈ, ਔਰ ਇਸ ਬਿਆਨ ਦੇ ਆਮ ਆਦਮੀ ਪਾਰਟੀ ਨੂੰ ਹਰਿਆਣਾ ਦੇ ਵਿੱਚ ਨੁਕਸਾਨ ਹੋਏਗਾ, ਜਿੱਥੇ ਲੋਕ ਸਭਾ ਦੇ ਇਲੈਕਸ਼ਨ ਦੀ ਕੈਂਪੇਨਿੰਗ ਕਰਕੇ ਲਾਲਜੀਤ ਭੁੱਲਰ ਉਹਨਾਂ ਦੀ ਡਿਊਟੀ ਲਾਈ ਸੀ। ਹੁਣ ਇੰਦਰਪ੍ਰੀਤ ਜੀ ਇਹ ਦੱਸੋ ਕਿ ਵੀ ਇਹਦੇ ਬਾਅਦ ਆਮ ਆਦਮੀ ਪਾਰਟੀ ਦੀ ਸਥਿਤੀ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ, ਹਾਲਾਂਕਿ ਬਹੁਤ ਵੱਡਾ ਬਿਆਨ ਜਾਂ ਬਹੁਤੀ ਕੋਈ ਤਵੱਜੋ ਦੇਣ ਵਾਲਾ ਬਿਆਨ ਲਾਲਜੀਤ ਭੁੱਲਰ ਉਹਨਾਂ ਦਾ ਭਾਵੇਂ ਨਾ ਹੋਏ, ਪਰ ਪਾਰਟੀ ਨੂੰ ਘੇਰੇ ਦੇ ਵਿੱਚ ਲੈਣ ਵਾਸਤੇ ਵਿਰੋਧੀ ਪਾਰਟੀਆਂ ਵਾਸਤੇ ਇਹ ਬਿਆਨ ਬੜਾ ਮਹੱਤਵ ਰੱਖਦਾ। ਇਹਦੇ ਉੱਤੇ ਕੋਈ ਤੁਸੀਂ ਚਾਨਣਾ ਪਾਓ ਕਿ ਵੀ ਅੱਗੇ ਚੱਲ ਕੇ ਇਸ ਬਿਆਨ ਨੂੰ ਦੂਜੀ ਪਾਰਟੀਆਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੀਆਂ। ਦੇਖੋ ਭਾਸਕਰ ਸਾਹਿਬ, ਹਰਿਆਣੇ ਦੇ ਵਿੱਚ ਵੀ ਅਗਲੇ ਸਾਲ ਹੀ ਇਲੈਕਸ਼ਨ ਨੇ, ਸੋਰੀ, ਤੇ ਜਿਹੜਾ ਪ੍ਰਸਾਰ ਪਾਰਟੀ ਉੱਥੇ ਹਰਿਆਣਾ 'ਚ ਕਰਨਾ ਚਾਹੁੰਦੀ ਹੈ, ਮੈਨੂੰ ਲੱਗਦਾ ਕਿ ਉਹ ਤੇ ਤਾਂ ਪਾਣੀ ਫੇਰਦਾ ਹੈ ਲਾਲਜੀਤ ਭੁੱਲਰ ਹੋਰਾਂ ਨੇ। ਅੱਜ ਹੁਣ ਹਮੀਰ ਭਾਈ ਕਹਿ ਰਿਹਾ ਕਿ ਉਹ ਬੜਾ ਬਚਕਾਨਾ ਬਿਆਨ ਹੈ। ਦੇਖੋ ਉਹ ਬਿਲਕੁਲ ਬਚਕਾਨਾ ਬਿਆਨ ਤਾਂ ਹੋ ਸਕਦਾ, ਲੇਕਿਨ ਉਹ ਇੱਕ ਮਿਨਿਸਟਰ ਦਾ ਬਿਆਨ ਹੈ। ਓਪੋਜੀਸ਼ਨ ਪਾਰਟੀ ਕਦੀ ਇਹ ਨਹੀਂ ਕਹੂਗੀ ਕਿ ਉਹ ਲਾਲਜੀਤ ਭੁੱਲਰ ਬਚਕਾਨਾ ਬਿਆਨ ਦੇਗੀ, ਉਹ ਤਾਂ ਇਹੀ ਕਹਿਣਗੇ ਦੇਖੋ ਉਹਨਾਂ ਦਾ ਮਿਨਿਸਟਰ ਆ ਕੇ ਇੱਥੇ ਕਹਿ ਕੇ ਗਿਆ। ਮਤਲਬ ਜਦੋਂ ਇਸ ਤਰ੍ਹਾਂ ਦਾ, ਕਈ ਵਾਰੀ ਤੁਸੀਂ ਮੰਤਰੀ ਬਣ ਤਾਂ ਜਾਂਦੇ ਹੋ ਉਹਦੇ ਜੋਗੇ ਹੁੰਦੇ ਨਹੀਂ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ। ਉਹ ਕਿੰਨ ਹੁਣ ਪਾਰਟੀ ਕਿੰਨੀ ਐਂਬੈਰਸ ਹੋਏਗੀ ਉੱਥੇ, ਇਹਦਾ ਤਾਂ ਅੰਦਾਜ਼ਾ ਹਰਿਆਣਾ ਦੀ ਯੂਨਿਟ ਹੈ ਉਸੇ ਨੂੰ ਹੀ ਲੱਗ ਸਕਦਾ। ਤੁਸੀਂ ਦੇਖਿਓ ਕਿ ਕੱਲ ਤੋਂ ਹੀ, ਮਤਲਬ ਜਦੋਂ ਦਾ ਉਹਨਾਂ ਦਾ ਇਹ ਬਿਆਨ ਆਇਆ, ਉਸੇ ਤੋਂ ਬਾਅਦ ਹੀ ਤੁਰੰਤ ਜਿਹੜਾ ਹੈਗਾ ਵਿਰੋਧ ਹੋਣਾ ਵੀ ਉੱਥੇ ਉਹਨਾਂ ਦਾ ਸ਼ੁਰੂ ਹੋ ਗਿਆ। ਹੁਣ ਇਹਨਾਂ ਦੇ ਜਿਹੜੇ ਨੇਤਾ ਨੇ ਉਹ ਕਦੋਂ ਕਦੋਂ ਜਵਾਬ ਦੇਣਗੇ, ਕਿਵੇਂ ਜਵਾਬ ਦੇਣਗੇ, ਇਹ ਇੱਕ ਸਵਾਲ ਹੈਗਾ। ਪਹਿਲਾਂ ਹੀ ਉਹ ED ਦੇ ਮਾਮਲਿਆਂ 'ਚ ਵੱਡੇ ਨੇਤਾ ਤਾਂ ਪਹਿਲਾਂ ਹੀ ਉਲਝੇ ਹੋਏ ਨੇ, ਕੇਜਰੀਵਾਲ ਸਾਹਿਬ ਵਿਪਾਸਨਾ 'ਚ ਗਏ ਹੋਏ ਨੇ, ਰਹਿ ਗਏ ਇਕੱਲੇ ਭਗਵੰਤ ਮਾਨ। ਹੁਣ ਭਗਵੰਤ ਮਾਨ ਜਾਂ ਤਾਂ ਇਸ ਨੂੰ, ਇਸ ਬਿਆਨ ਨੂੰ ਵਾਪਿਸ ਲੈਣ ਉੱਥੇ, ਤੇ ਜਾਂ ਆਪਣਾ ਸਟੈਂਡ ਕਲੀਅਰ ਕਰਨ ਵੀ ਉਹਦੀ ਆਵੇਗ 'ਚ ਆ ਕੇ ਕਹਿ ਗਏ ਜੀ ਉਹਨਾਂ ਦਾ ਕੋਈ ਮਤਲਬ ਇਹ ਨਹੀਂ ਸੀ। ਕੁਛ ਤਾਂ ਉਹਨਾਂ ਨੂੰ ਬਿਆਨ ਦੇਣਾ ਹੀ ਪਊਗਾ ਨਾ ਪਬਲਿਕਲੀ, ਜਿੰਨਾ ਨੁਕਸਾਨ ਉਹ ਕਰ ਚੁੱਕੇ ਆ, ਮੈਨੂੰ ਲੱਗਦਾ ਕਿ ਉਹਦਾ ਤਾਂ ਨੁਕਸਾਨ ਪਾਰਟੀ ਦੀ ਉੱਤੇ ਭਰਪਾਈ ਕਰਨਾ ਹੀ ਮੁਸ਼ਕਿਲ ਹੋ ਜਾਏਗਾ। ਦੇਖੋ ਜਿਸ ਤਰੀਕੇ ਨਾਲ ਇਹ ਗੱਲਾਂ ਅੱਗੇ ਵੱਧ ਰਹੀਆਂ, ਇਹਦਾ ਕੋਈ ਸਿੱਟਾ ਨਿਕਲੇਗਾ ਨਹੀਂ ਨਿਕਲੇਗਾ, ਪਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਪੋਲੀਟੀਕਲੀ ਇਹ ਮੁੱਦੇ ਗਰਮਾਉਂਦੇ ਰਹਿਣਗੇ। ਹੁਣ ਸਿੱਧੂ ਤੇ ਬਾਜਵਾ ਸਾਹਿਬ, ਨਵਜੋਤ ਸਿੰਘ ਸਿੱਧੂ ਔਰ ਬਾਜਵਾ ਸਾਹਿਬ ਦੇ ਵਿੱਚ ਕੁਝ ਬਿਆਨਬਾਜ਼ੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਵੀ ਇਨਡਿਸਿਪਲਿਨ ਬਿਲਕੁਲ ਟੋਲਰੇਟ ਨਹੀਂ ਹੋਏਗਾ,
ਪਰ ਸਿੱਧੂ ਹੋਰਾਂ ਨੇ ਕੱਲ੍ਹ ਇੱਕ ਪੋਸਟ ਪਾਈ, ਉਸ ਪੋਸਟ ਤੋਂ ਬਾਅਦ ਫਿਰ ਇਨਡਿਸਪਲਿਨ ਦੀ ਇੱਕ ਸਮੈਲ ਜੀ ਆਈ ਕਿ ਵੀ ਇਹ ਫਿਰ ਇਨਡਿਸਪਲਿਨ ਹੋ ਰਿਹਾ। ਹਾਲਾਂਕਿ ਉਸ ਪੋਸਟ ਦੇ ਵਿੱਚ ਆਪਣਾ ਪੰਜਾਬ ਆਪਣਾ ਸਿੱਧੂ ਇਹ ਇੱਕ ਨਾਰਾ ਜਿਹਾ ਦਿੱਤਾ ਗਿਆ ਸੀਗਾ, ਔਰ ਉਸ ਨਾਰੇ ਦੇ ਉੱਤੇ ਹਜੇ ਬਾਜਵਾ ਸਾਹਿਬ ਦਾ ਰਿਐਕਸ਼ਨ ਤਾਂ ਨਹੀਂ ਆਇਆ, ਪਰ ਬਾਜਵਾ ਸਾਹਿਬ ਦੀ ਉਹ ਗੱਲ ਵੱਖਰਾ ਅਖਾੜਾ ਨਾ ਲਾਓ ਸਿੱਧੂ ਸਾਹਿਬ, ਇਕੱਠੇ ਚਲੋ, ਇਕੱਠੇ ਅਸੀਂ ਕਾਂਗਰਸ ਵਾਸਤੇ ਕੰਮ ਕਰੀਏ। ਹਮੀਰ ਸਿੰਘ ਜੀ ਇਸ ਪੋਸਟ ਤੋਂ ਬਾਅਦ ਫਿਰ ਉਹ ਇਨਡਿਸਿਪਲਿਨ ਦਾ ਮੁੱਦਾ ਕਾਂਗਰਸ ਦੇ ਵਿੱਚ ਛਾਏਗਾ? ਨਹੀਂ, ਉਹ ਲਗਾਤਾਰ ਇਨਡਿਸਿਪਲਿਨ ਕਹੋ ਜਾਂ ਹੋਰ ਬਖਰੇਵੇਂ ਤਾਂ ਲਗਾਤਾਰ ਕਾਂਗਰਸ ਚ ਹੈਗੇ ਨੇ, ਉਹਨਾਂ ਨੇ ਇਹ ਤਾਂ ਨਹੀਂ ਹੱਲ ਕੀਤੇ ਹਜੇ ਤੱਕ ਜਿੰਨੇ ਲੀਡਰ ਨੇ। ਪਰ ਜਿਹੜੀ ਇਹੋ ਜਿਹੀ ਸਲੋਗਨੀਅਰ ਹੁੰਦੀ ਹੈ ਇੰਡੀਵਿਜੁਅਲ ਆਪਣੇ ਨਾਂ ਤੇ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਗੱਲ, ਜਿਵੇਂ ਸਲੋਗਨ ਹੈ ਮੰਨ ਲਓ ਆਪਣਾ ਪੰਜਾਬ ਆਪਣਾ ਸਿੱਧੂ, ਇਹ ਕਿਸੇ ਪ੍ਰਾਈਵੇਟ ਬੰਦੇ ਲਈ ਜਾਂ ਤੁਹਾਡਾ ਇੱਕ ਸਿਸਟਮ ਹੈ ਉਹਦੇ ਲਈ ਹੋ ਸਕਦਾ ਹੈ, ਇਹ ਗਰੁੱਪ ਦਾ ਤੇ ਪਾਰਟੀ ਦਾ ਨਹੀਂ ਹੈ ਉਸ ਪੱਧਰ ਦੇ ਉੱਤੇ। ਜੇ ਪਾਰਟੀ ਤਾਂ ਪਾਰਟੀ ਦੇ ਬੈਨਰ ਨੂੰ ਮੇਨ ਕਰਦੀ ਹੈ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਅਜੇ ਤਾਂ ਆਪਣਾ ਦੇਸ਼ ਆਪਣਾ ਰਾਹੁਲ ਵੀ ਨਹੀਂ ਚੱਲਿਆ, ਉਹ ਤਾਂ ਉਹ ਵੀ ਨਹੀਂ ਕਹਿ ਰਹੇ ਆਪਣਾ ਖੜਗੇ ਆਪਣਾ ਫਲਾਨਾ, ਹਾਂ ਮੋਦੀ ਕਹਿ ਰਹੇ ਨੇ ਕਿ ਮੋਦੀ ਆਏਗਾ, ਉਹ ਇੱਕ ਅਲੱਗ ਗੱਲ ਹੈ। ਜਦੋਂ ਇੰਡੀਵਿਜੁਅਲ ਤੇ ਫੋਕਸ ਕਰਨਾ, ਉਹਨਾਂ ਦੀ ਪਾਰਟੀ ਨੇ ਇੰਡੀਵਿਜੁਅਲ ਤੇ ਫੋਕਸ ਨਹੀਂ ਕੀਤਾ ਫਿਲਹਾਲ, ਇਹਦਾ ਮਤਲਬ ਪਾਰਟੀ ਲਾਈਨ ਤਾਂ ਉਹ ਨਹੀਂ ਹੈ ਜਿਹੜੀ ਉਹ ਕਹਿ ਰਹੇ ਨੇ ਕਿ ਮੈਂ ਇਸ ਨੂੰ ਲੈ ਕੇ ਗੱਲ ਕਰ ਰਿਹਾ। ਪਹਿਲਾਂ ਉਹਨਾਂ ਨੇ ਉੱਥੇ ਨਾਰਾ ਦਿੱਤਾ ਸੀਗਾ ਜੀਵੇਗਾ ਪੰਜਾਬ ਜਿੱਤੇਗਾ ਪੰਜਾਬ, ਤੇ ਉਹ ਠੀਕ ਨਾਰਾ ਹੈ ਹਜੇ ਫਿਰ ਵੀ, ਪੰਜਾਬ ਦਾ ਜਿਹੜਾ ਐਂਗਲ ਹੁੰਦਾ ਇੱਕ ਅਲੱਗ ਗੱਲ ਹੁੰਦਾ, ਜਿਹੜਾ ਇਹ ਨਾਰਾ ਹੈ ਬਿਲਕੁਲ ਪਰਸਨਲਾਈਜ਼ ਨਾਰਾ ਹੋ ਗਿਆ ਉਹਦੇ ਚ। ਫਿਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਕੱਲਾ ਆਗੂ ਹਾਂ ਜਿਹਦੇ ਕੋਲ, ਫਿਰ ਉਹ ਇਹਦਾ ਮਤਲਬ ਕੀ ਹੋ ਗਿਆ? ਇਹਦਾ ਮਤਲਬ ਇਹ ਹੈ ਕਿ ਤੁਸੀਂ ਪਰਸਨੈਲਿਟੀ ਤੇ ਲਾਇਆ। ਪਹਿਲਾਂ ਤੁਸੀਂ ਕਹਿੰਦੇ ਹੋ ਮੈਂ ਏਜੰਡੇ ਦੀ ਗੱਲ ਕਰ ਰਿਹਾ, ਮੇਰਾ ਕੋਲ ਇੱਕ ਏਜੰਡਾ ਹੈ ਪੰਜਾਬ ਦਾ ਤੇ ਮੈਂ ਪੰਜਾਬ ਦੇ ਏਜੰਡੇ ਤੇ ਕਹਿ ਰਿਹਾ ਕਿ ਉਹਦੇ ਤੇ ਆਓ, ਇਹ ਉਦੋਂ ਵੀ ਮੇਰੇ ਖਿਆਲ ਤਿਲਕਣਬਾਜ਼ੀ ਹੈ। ਨਵਜੋਤ ਸਿੱਧੂ ਲਈ ਨਹੀਂ ਹੈ, ਬੈਟਰ ਰਹੂਗਾ ਇਹ ਸਿਸਟਮ ਜਿਹੜਾ ਵੀ ਚੱਲੂਗਾ, ਔਰ ਇਹਨੂੰ ਉਹ ਬੱਗਿਆ ਮੰਨਿਆ ਜਾਊ ਜਿੰਨਾ ਚਿਰ ਪਾਰਟੀ ਕੰਸੈਂਸਸ, ਜੇ ਉਹਨੂੰ ਲੀਡਰ ਵੀ ਬਣਾ ਦਿੰਦੇ ਨੇ, ਮੰਨ ਲਓ ਕੱਲ ਨੂੰ ਪ੍ਰਧਾਨ ਬਣਾ ਦੇਣ, ਕੱਲ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਬਣਾ ਦੇਣ, ਇਹ ਸਲੋਗਨ ਤਾਂ ਕਿਸੇ ਪਹਿਲਾਂ ਵੀ ਨਹੀਂ ਮੈਂ ਦੇਖੇ ਕਦੇ ਆਏ। ਤੇ ਜਦੋਂ ਕੈਪਟਨ ਨੂੰ ਬਣਾਇਆ ਸੀ ਉਦੋਂ ਇਹੋ ਜਿਹੀ ਗੱਲ ਕਾਫੀ ਵਿਦ ਕੈਪਟਨ ਫਲਾਨੇ ਤੇ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਇੰਨੀਆਂ ਕੁ ਹੋਈਆਂ ਸੀ, ਆਪਣਾ ਪੰਜਾਬ ਆਪਣਾ ਫਲਾਨਾ ਆਪਣੇ ਜੇ ਉਹ, ਇਹ ਉਸ ਤੋਂ ਬਾਅਦ ਦੇ ਸਲੋਗਨ ਜੇ ਡਿਸਾਈਡ ਹੋ ਜੇ ਤੁਹਾਨੂੰ ਕਿ ਤੁਸੀਂ ਮੇਨ ਲੀਡਰ ਹੋ, ਫਿਰ ਕੋਈ ਇੱਕ ਅੱਧਾ ਸਲੋਗਨ ਇਲੈਕਸ਼ਨ ਦੇ ਪਰਪਜ ਲਈ ਕੋਈ ਲਿਆਂਦਾ ਜਾਏ ਤਾਂ ਉਹ ਅਲੱਗ ਗੱਲ ਹੈ, ਪਰ ਜਦੋਂ ਇੰਡੀਵਿਜੁਅਲ ਲੈ ਕੇ ਆਉਂਦਾ ਤਾਂ ਉਹ ਆਰਗੇਨਾਈਜੇਸ਼ਨ ਦੇ ਤਾਂ ਨੂੰ ਤਾਂ ਬਾਈਪਾਸ ਕਰ ਹੀ ਰਿਹਾ ਨਾ, ਉਹ ਤਾਂ ਇੱਕ ਦਿਖਾਈ ਦੇ ਰਿਹਾ ਉਸ ਲੈਵਲ ਦਾ ਮਾਮਲਾ। ਪਰ ਜਿਹੜੇ ਇਹੀ ਗੱਲ ਤਾਂ ਇੱਕ ਗੱਲ ਹੈ ਕਿ ਜਦੋਂ ਸਾਂਝੀ ਕੋਈ ਕੰਪੇਨ ਤੁਸੀਂ ਚਲਾਉਂਦੇ ਹੋ, ਸਾਂਝੇ ਸਾਰੇ ਇੱਕੋ ਸਟੇਜ ਤੇ ਕਿਉਂ ਨਹੀਂ ਜਾਂਦੇ, ਇੱਕੋ ਸਟੇਜ ਤੇ ਬੋਲਦੇ ਕਿਉਂ ਨਹੀਂ, ਕੋਈ ਸਾਰਿਆਂ ਨੂੰ ਸੱਦਣ ਚ ਕੋਈ ਪ੍ਰੋਬਲਮ ਹੈ? ਨਹੀਂ ਹੈ। ਮੈਨੂੰ ਲੱਗਦਾ ਪੰਜਾਬ ਕਾਂਗਰਸ ਕੱਲੀ ਹਾਈਕਮਾਂਡ ਕੋਲ ਜਾਂਦੀ ਹੈ ਬੱਚਿਆਂ ਦੀ ਤਰ੍ਹਾਂ ਸ਼ਿਕਾਇਤ ਕੀ ਕਰਕੇ, ਇਹ ਪੰਜਾਬ ਕਾਂਗਰਸ ਦੀ ਇੱਥੇ ਮੀਟਿੰਗ ਕਿਉਂ ਨਹੀਂ ਸੱਦਦੇ? ਆਪਦੀ ਮੀਟਿੰਗ, ਇਹ ਤਾਂ ਰਾਈਟ ਪਾਰਟੀ ਪ੍ਰਧਾਨ ਕੋਲ ਹੁੰਦਾ ਨਾ ਕਿ ਸਟੇਟ ਬਾਡੀ ਦੀ ਮੀਟਿੰਗ ਸੱਦ ਕੇ ਉਹਦੇ ਚ ਇਹੋ ਜਿਹੇ ਮਾਮਲੇ ਸੁਲਝਾਉਣ, ਉਹਦੇ ਚ ਇਹੋ ਜਿਹੇ ਮਾਮਲਿਆਂ ਤੇ ਗੱਲ ਕਰਨ ਹੌਲੀ ਹੌਲੀ। ਮੈਨੂੰ ਲੱਗਦਾ ਇਹ ਹੋਜੂ, ਫਿਰ ਤਾਂ ਸਾਰੇ ਕੁਝ ਨਹੀਂ ਕਰ ਸਕਦੇ। ਜਿਵੇਂ ਸੁਪਰੀਮ ਕੋਰਟ ਨੇ ਕਈ ਵਾਰ ਰਾਜਾਂ ਨੂੰ ਕਹਿਤਾ ਨਾ, ਹਰ ਗੱਲ ਤੇ ਉਹ ਕੋਰਟ ਚਲੇ ਜਾਂਦੇ ਨੇ, ਉਹ ਕਹਿੰਦੇ ਹਰ ਗੱਲ ਤੇ ਮੇਰੇ ਕੋਲ ਕਿਉਂ ਭੱਜੇ ਆ ਰਹੇ ਹੋ? ਤੁਸੀਂ ਗਵਰਨਰ ਚੀਫ ਮਿਨਿਸਟਰ ਐਡੇ ਐਡੇ ਅਹੁਦਿਆਂ ਤੇ ਬੈਠੇ ਹੋ, ਆਪਣਾ ਵੀ ਸੁਲਝਾ ਲਿਆ ਕਰੋ, ਕੁਛ ਮਾੜਾ ਮੋਟਾ ਆਪਸਦਾਰੀ ਚ ਵੀ ਰੱਖਿਆ ਕਰੋ ਕੋਈ ਤਾਲਮੇਲ। ਇਸ ਲਈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਕਿ ਉਹ ਆਪਸਦਾਰੀ ਚ ਕਹੇ ਜਿਹੜੇ ਗੱਲਾਂ ਉੱਥੇ ਅੰਦਰ ਹੋਣਗੀਆਂ, ਜੇ ਫਿਰ ਵੀ ਬੰਦਾ ਬਾਹਰ ਜੋ ਗੱਲਾਂ ਕਰੇਗਾ ਉਸ ਗੱਲ ਨੂੰ ਉਦੋਂ ਬਾਅਦ ਕੋਈ ਅਗਲੇ ਪਲੇਟਫਾਰਮ ਤੇ ਤੁਸੀਂ ਡਿਸਕਸ ਕਰ ਸਕਦੇ ਹੋ। ਔਰ ਇਹ ਕਾਂਗਰਸ ਹੈ, ਇਹਨੂੰ ਇਨਰ ਡੈਮੋਕ੍ਰੇਸੀ ਵੀ ਕਹਿੰਦੇ ਨੇ ਮਾੜੀ ਮੋਟੀ, ਕਿ ਇੱਕ ਹੱਦ ਹੁੰਦਾ ਡੈਮੋਕ੍ਰੇਸੀ ਦਾ ਕਿ ਤੁਸੀਂ ਕਿੱਦਾਂ ਬੋਲਦੇ ਹੋ, ਇੱਕ ਹੱਦ ਹੁੰਦਾ ਉਹ ਲਕਸ਼ਮਣ ਰੇਖਾ ਪਾਰ ਕਰਨ ਦਾ, ਉਹ ਡੈਮੋਕ੍ਰੇਸੀ ਨਹੀਂ ਹੁੰਦੀ, ਉਹ ਅਨਾਰਕਿਜ਼ਮ ਵੀ ਹੁੰਦਾ ਉਹ ਸਾਰੇ ਮਾਮਲੇ ਚ ਜਿੱਥੇ ਤੁਸੀਂ ਜਾ ਕੇ ਗੱਲ ਕਰਦੇ ਹੋ। ਔਰ ਕਾਂਗਰਸ ਚ ਮੈਨੂੰ ਲੱਗਦਾ ਟਿਕਟਾਂ ਵੰਡਣ ਤੱਕ, ਕੰਪੇਨ ਹੋਣ ਤੱਕ ਵੀ, ਕੰਪੇਨ ਚੱਲਦੀ ਦੌਰਾਨ ਵੀ ਇਹ ਸਾਰਾ ਕੁਝ ਰਹਿੰਦਾ, ਇਹ ਨਵਾਂ ਨਹੀਂ ਹੈ। ਇਹਨੂੰ ਇਸ ਲੈਵਲ ਤੇ ਨਹੀਂ ਮਤਲਬ ਵਿਉਂਤ ਪਾ ਰਹੀ ਕਿ ਉਹ ਕਿਵੇਂ ਐਜ ਏ ਆਰਗੇਨਾਈਜੇਸ਼ਨ ਐਜ ਏ ਪਾਰਟੀ ਚੱਲੇ।
ਉਹ ਐਜ ਏ ਇੰਡੀਵਿਜੁਅਲ ਲੱਗ ਰਹੇ ਨੇ ਹੁਣ ਕਾਂਗਰਸ 'ਚ, ਜਥੇਬੰਦੀ ਨਹੀਂ ਲੱਗ ਰਹੀ ਕਿ ਕੋਈ ਜਥੇਬੰਦੀ ਆ ਉਹ ਤਾਂ ਉਹਨਾਂ ਦੀ ਜਵਾਬਦੇਹੀ ਹੈ ਉਹਨਾਂ ਜਥੇਬੰਦੀਆਂ ਪ੍ਰਤੀ, ਹਾਈਕਮਾਂਡ ਪ੍ਰਤੀ ਹੈ ਇਕੱਲਾ। ਫਿਰ ਆਰਗੇਨਾਈਜੇਸ਼ਨ ਤਾਂ ਕੁਝ ਨਹੀਂ ਨਾ, ਹਾਈਕਮਾਂਡ ਵੀ ਕੁਝ ਵਿਅਕਤੀ ਨੇ ਉੱਥੇ ਕਰੋ, ਇਹ ਕ੍ਰਾਈਸਿਸ ਹੈਗਾ। ਤੇ ਔਰ ਇਹ ਕ੍ਰਾਈਸਿਸ ਜਿੰਨਾ ਚਿਰ ਨਹੀਂ ਨਜਿੱਠਿਆ ਜਾਂਦਾ ਉਹਨਾਂ ਚਿਰ ਲਾਸ ਹੋਏਗਾ ਹੀ ਹੋਏਗਾ। ਇੰਦਰਬੀਰ ਜੀ, ਇਹ ਰਾਹੁਲ ਗਾਂਧੀ ਉਹਨਾਂ ਨਾਲ ਪੰਜਾਬ ਦੇ ਕਾਂਗਰਸੀਆਂ ਦੀ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਨੂੰ ਰਾਹੁਲ ਗਾਂਧੀ ਉਹਨਾਂ ਨੇ ਬਹੁਤੀ ਤਵੱਜੋ ਨਹੀਂ ਦਿੱਤੀ। ਉਸ ਤੋਂ ਬਾਅਦ ਦਵਿੰਦਰ ਯਾਦਵ ਉਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ, ਕਲੋਜ ਡੋਰ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਕੀ ਹੋਇਆ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਿਗਨਲ ਦੇ ਦਿੱਤਾ ਗਿਆ ਵੀ ਅੱਗੇ ਵਧੋ, ਕੋਈ ਗੱਲ ਨਹੀਂ, ਕੰਪਲੇਂਟਾਂ ਆਉਣਗੀਆਂ, ਕੁਛ ਨਹੀਂ ਹੋਏਗਾ। ਔਰ ਹੁਣ ਜਦ ਇਹ ਪੋਸਟ ਫੇਸਬੁੱਕ ਪੋਸਟ ਦੀ ਗੱਲ ਕਰ ਰਹੇ ਹਾਂ, ਆਪਣਾ ਪੰਜਾਬ ਆਪਣਾ ਸਿੱਧੂ, ਉਸ ਮੀਟਿੰਗ ਤੋਂ ਬਾਅਦ, ਯਾਨੀ ਉਸ ਮੀਟਿੰਗ ਦੇ ਵਿੱਚ ਇਨਡਿਸਿਪਲਿਨ ਦੇ ਮਾਮਲੇ ਦੇ ਵਿੱਚ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਕੋਈ ਬਹੁਤਾ ਰੋਕਿਆ ਨਹੀਂ ਗਿਆ, ਜਿਹਦਾ ਇਹ ਨਤੀਜਾ ਹੈ ਫੇਸਬੁੱਕ ਪੋਸਟ ਹੋ ਸਕਦੀ ਹੈ। ਇਹ ਸਾਰੀ ਗੱਲ ਨੂੰ ਅੱਗੇ ਕਾਂਗਰਸ ਦੇ ਵਿੱਚ ਵਿਵਾਦ ਕਿੰਨਾ ਕੁ ਵੱਧ ਸਕਦਾ ਹੈ, ਹਾਲਾਂਕਿ ਹਜੇ ਤੱਕ ਤੇ ਬਾਜਵਾ ਸਾਹਿਬ ਨੇ ਰਿਐਕਟ ਨਹੀਂ ਕੀਤਾ ਇਸ ਮੁੱਦੇ ਦੇ ਉੱਤੇ, ਲੇਕਿਨ ਅੱਗੇ ਚੱਲ ਕੇ ਰਾਜਾ ਵੜਿੰਗ ਹੋਣਾ, ਜਿਹੜੇ ਇਨਡਿਸਿਪਲਿਨ ਦੇ ਬਾਰੇ 'ਚ ਕੁਛ ਉਸ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲੇ ਕਹਿ ਰਹੇ ਸੀ ਵੀ ਟੋਲਰੇਟ ਨਹੀਂ ਹੋਏਗਾ, ਕਿ ਹੁਣ ਇਸ ਗੱਲ ਨੂੰ ਰਾਜਾ ਵੜਿੰਗ ਹੋਣਾ ਟੋਲਰੇਟ ਕਰ ਲੈਣਗੇ। ਦੇਖੋ, ਰਾਜਾ ਵੜਿੰਗ ਹੋਰਾਂ ਨੇ ਆਲਰੇਡੀ ਇੱਕ ਸ਼ਿਕਾਇਤ ਉੱਥੇ ਕੀਤੀ ਹੋਈ ਹੈ ਨਵਜੋਤ ਸਿੱਧੂ ਹੋਰਾਂ ਦੀ, ਉਹਦੇ ਤੇ ਪਿੱਛੇ ਜੇ, ਕਿਉਂਕਿ ਜਦੋਂ ਇਹਨਾਂ ਨੂੰ ਰੋਡਰੇਜ ਵਾਲੇ ਮਾਮਲੇ ਦੇ ਵਿੱਚ ਸਜ਼ਾ ਹੋ ਗਈ ਸੀ ਤਾਂ ਉਹ ਮਾਮਲਾ ਠੰਡਾ ਪੈ ਗਿਆ ਸੀ, ਫਿਰ ਜਦੋਂ ਇਹ ਬਾਹਰ ਆਏ ਉਸ ਤੋਂ ਬਾਅਦ ਕਾਫੀ ਟਾਈਮ ਤੱਕ ਉਹ ਚੁੱਪ ਵੀ ਰਹੇ, ਉਹਨਾਂ ਦੀ ਵਾਈਫ ਦੀ ਤਬੀਅਤ ਵੀ ਠੀਕ ਨਹੀਂ ਸੀ, ਇਸ ਕਰਕੇ ਵੀ ਉਹ ਜ਼ਿਆਦਾ ਬੋਲੇ ਨਹੀਂ, ਉੱਧਰ ਧਿਆਨ ਉਹਨਾਂ ਦਾ ਰਿਹਾ, ਫਿਰ ਬਾਅਦ 'ਚ ਬੇਟੇ ਦੀ ਸ਼ਾਦੀ ਕਰਕੇ ਵੀ ਉਹਦਾ ਧਿਆਨ ਨਹੀਂ ਰਿਹਾ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਨਵਜੋਤ ਸਿੱਧੂ ਉਹੀ ਨਵਜੋਤ ਸਿੱਧੂ ਦੇ ਰੂਪ 'ਚ ਬਾਹਰ ਆ ਗਿਆ ਜੋ ਉਹ ਪਹਿਲਾਂ ਜੇਲ੍ਹ ਜਾਣ ਤੋਂ ਪਹਿਲਾਂ ਉਹ ਨਵਜੋਤ ਸਿੱਧੂ ਸੀ, ਤਾਂ ਇਹ ਪਾਰਟੀ ਨੂੰ ਟੋਲਰੇਟ ਹੁੰਦਾ ਹੀ ਨਹੀਂ ਹੈ। ਮਤਲਬ ਤੁਸੀਂ ਦੇਖਿਓ ਇੱਥੇ ਹਮੀਰ ਭਾਜੀ ਨੇ ਜਿਵੇਂ ਗੱਲ ਕੀਤੀ ਕਿ ਬਿਲਕੁਲ ਜਿਹੜਾ ਹੈ ਨਾ ਨਿੱਜੀ ਸਲੋਗਨ ਦਿੱਤਾ ਹੈ ਇਸ ਵਾਰੀ, ਜਿਹੜਾ ਆਪਣਾ ਸਿੱਧੂ ਆਪਣਾ ਪੰਜਾਬ, ਇਹ ਚੱਲੇਗਾ ਨਹੀਂ ਪਾਰਟੀ ਦੇ ਵਿੱਚ, ਇਸ ਤਰ੍ਹਾਂ ਚੱਲਣਾ ਮੁਸ਼ਕਿਲ ਹੈ। ਜਿਹੜੀ ਉੱਥੇ ਮੀਟਿੰਗ ਹੋਈ 2 ਦਿਨ ਪਹਿਲਾਂ ਵਾਲੀ, ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਵੀ ਮਤਲਬ ਉੱਥੇ ਨਵਜੋਤ ਸਿੱਧੂ ਬਾਰੇ ਇਕੱਲੇ ਉਹ ਗੱਲ ਨਹੀਂ ਹੋਈ ਹੈਗੀ। ਹਾਂ, ਨਵਜੋਤ ਸਿੱਧੂ ਦੀਆਂ ਉਹਦੇ ਜਿਹੜੀਆਂ ਉਹਦੀਆਂ ਇਸ ਤਰ੍ਹਾਂ ਦੀਆਂ ਇਨਡਿਸਪਲਿਨ ਵਾਲੀਆਂ ਚੀਜ਼ਾਂ ਨੇ ਉਹਦੇ ਬਾਰੇ ਜ਼ਰੂਰ ਗੱਲ ਹੋਈ ਹੈ, ਜਿਹੜੀ ਦਵਿੰਦਰ ਯਾਦਵ ਹੋਰਾਂ ਨੇ ਬਾਅਦ 'ਚ ਉਹਨਾਂ ਨੂੰ ਇਕੱਲਿਆਂ ਦੇ ਤੌਰ ਤੇ ਜਿਹੜੀ ਬੈਠਕ ਕਰਕੇ ਇੱਕ ਕਿਹਾ ਵੀ ਹੈ। ਪਰ ਤੁਹਾਨੂੰ ਪਤਾ ਤਾਂ ਹੈ ਨਵਜੋਤ ਸਿੱਧੂ ਰੁਕਣ ਵਾਲੇ ਹੈ ਨਹੀਂ ਹੈ, ਮਤਲਬ ਉਹ ਸੁਣਦੇ ਕਿੱਥੇ ਕਿਸੇ ਦੀ, ਮੈਨੂੰ ਤਾਂ ਲੱਗਦਾ ਨਹੀਂ ਕਿ ਉਹ ਸੁਣਦੇ ਆ, ਇਸ ਕਰਕੇ ਜਿਹੜਾ ਹੈ ਉਹ ਅਲੱਗ ਥਲੱਗ ਵੀ ਪੈ ਜਾਂਦੇ ਆ। ਅੱਜ ਜੇ ਤੁਸੀਂ ਕਹੋ ਕਿ ਬਹੁਤੇ ਬੰਦੇ ਉਹਨਾਂ ਨਾਲ ਨੇ ਤਾਂ ਬਹੁਤੇ ਬੰਦੇ ਤਾਂ ਉਹਨਾਂ ਨਾਲ ਨਹੀਂ ਹੈ। ਹੁਣ ਉਹਨਾਂ ਦੀ ਪਾਰਟੀ ਦੇ ਵਿੱਚ ਕੀ ਸਥਿਤੀ ਰਹੂਗੀ, ਕੀ ਪਾਰਟੀ ਉਹਨਾਂ ਨੂੰ ਹਟਾਉਣ ਦਾ ਕੋਈ ਫੈਸਲਾ ਲੈ ਪਾਉਂਦੀ ਹੈ, ਇਸ ਜੋਗਾ ਹੈ ਪਾਰਟੀ 'ਚ ਦਮ ਹਾਈਕਮਾਂਡ 'ਚ ਉਹਨਾਂ ਦੀ, ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਨਵਜੋਤ ਸਿੱਧੂ ਦਾ ਹਜੇ ਮੈਨੂੰ ਲੱਗਦਾ ਕਿ ਵਿੱਚ ਵਿਚਾਲੇ ਹੀ ਫਸੇ ਰਹਿਣਗੇ, ਜਿਸ ਤਰ੍ਹਾਂ ਦਾ ਰੌਲਾ ਉਹ ਪਾਉਂਦੇ ਆ ਉਹ ਪਾਉਂਦੇ ਹੀ ਰਹਿਣਗੇ। ਪਰ ਮੈਂ ਇਹ ਗੱਲ ਫਿਰ ਵੀ ਮੰਨਦਾ ਕਿ ਨਵਜੋਤ ਸਿੱਧੂ 'ਚ ਇਸ ਤਰ੍ਹਾਂ ਦੀ ਕੈਪੈਸਿਟੀ ਨਹੀਂ ਹੈ ਕਿ ਉਹ ਇਕੱਲਾ ਆਪਣਾ ਇੱਕ ਨਵਾਂ ਪਲੇਟਫਾਰਮ ਬਣਾ ਕੇ ਫਿਰ ਉਸ ਤੇ ਆਪਣੀ ਪੋਲੀਟੀਕਲ ਪਾਰਟੀ ਬਣਾ ਕੇ ਲੜ ਸਕੇ, ਇਹ ਉਸ 'ਚ ਨਹੀਂ ਹੈ। ਹਾਂ, ਉਹ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਤਾਂ ਪਰਫਾਰਮ ਕਰ ਸਕਦੇ ਆ, ਇਸ 'ਚ ਨਹੀਂ ਜਾ ਸਕਦੇ। ਤੁਸੀਂ ਦੇਖ ਲਿਓ, ਮਤਲਬ ਅੱਜ ਸਥਿਤੀ ਜੇ ਉਹਨਾਂ ਨੂੰ ਨਹੀਂ ਲੱਗ ਰਿਹਾ ਇਸ ਤਰ੍ਹਾਂ ਠੀਕ ਚੱਲਣਾ, ਜਾਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਫਿਰ ਅਲੱਗ ਹੋਣਾ ਚਾਹੀਦਾ ਤੇ ਆਪਣਾ ਏਜੰਡਾ ਲਿਆਓ, ਜਿਸ ਤਰ੍ਹਾਂ ਉਹ ਪਹਿਲਾਂ ਕਹਿੰਦੇ ਸੀ ਵੀ ਮੈਂ ਤਾਂ ਪੰਜਾਬ ਦਾ ਏਜੰਡਾ ਚਲਾਊਂਗਾ ਔਰ ਪੰਜਾਬ ਦੇ ਏਜੰਡੇ ਤੇ ਹੀ ਗੱਲ ਕਰੂੰਗਾ, ਤਾਂ ਫਿਰ ਉਹਨਾਂ ਨੂੰ ਕਰ ਲੈਣੀ ਚਾਹੀਦੀ ਹੈ। ਜੇ ਪਾਰਟੀ ਤੁਹਾਡੇ ਨਾਲ ਨਹੀਂ ਚੱਲ ਰਹੀ ਤਾਂ ਫਿਰ ਤੁਸੀਂ ਅਲੱਗ ਹੋ ਕੇ ਗੱਲ ਕਰ ਲਓ। ਤਾਂ ਮੈਨੂੰ, ਪਰ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਵੀ ਉਹਨਾਂ 'ਚ ਇਹ ਕਪੈਸਿਟੀ ਨਹੀਂ ਹੈ ਕਿ ਉਹ ਅਲੱਗ ਤੌਰ ਤੇ ਆਪਣੀ ਪਾਰਟੀ ਬਣਾਉਣ ਤੇ ਲੋਕਾਂ ਨੂੰ ਕਹਿਣ ਵੀ ਆਓ ਆਪਾਂ ਇਸ ਏਜੰਡੇ ਤੇ ਕੰਮ ਕਰੀਏ ਤੇ ਅੱਗੇ ਚੱਲ ਪੈਣ। ਇਹ ਬਹੁਤ ਮੁਸ਼ਕਿਲ ਕੰਮ ਹੁੰਦਾ, ਇਹ ਕੋਈ ਆਸਾਨ ਕੰਮ ਨਹੀਂ ਹੁੰਦਾ, ਔਰ ਨਵਜੋਤ ਸਿੱਧੂ ਵੀ ਇਹ ਜਾਣਦੇ ਆ।
ਸਿੱਧੂ ਰੁਕਣ ਵਾਲਾ ਨਹੀਂ, ਪਾਰਟੀ ਰੋਕਣ ਵਾਲੀ ਨਹੀਂ, ਇਦਾਂ ਹੀ ਗੱਲ ਚੱਲਦੀ ਰਹਿਣੀ ਹੈ। ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਅਨਇੰਪਲਾਇਮੈਂਟ, ਬੇਰੁਜ਼ਗਾਰੀ ਪੰਜਾਬ ਦੇ ਵਿੱਚ ਕਿਸ ਪੱਧਰ ਤੇ ਚਲੀ ਗਈ ਹੈ। ਇੰਦਰਪ੍ਰੀਤ ਸਿੰਘ ਜੀ, ਇਹ ਮਾਮਲਾ ਜਾ ਕਿੱਥੇ ਰਿਹਾ? ਔਰ ਬੇਰੁਜ਼ਗਾਰੀ ਦੀ ਪੰਜਾਬ ਦੀ ਇੱਕ ਤਸਵੀਰ ਮੋਗੇ ਦੇ ਵਿੱਚ ਦੇਖੀ ਜਾ ਸਕਦੀ ਹੈ। ਹੁਣ ਪੰਜਾਬ ਦੇ ਵਿੱਚ ਇਹਨਾਂ ਬੇਲਦਾਰਾਂ ਨੂੰ ਵੀ ਨਿਯੁਕਤੀ ਪੱਤਰ ਦੇਣ ਮੁੱਖ ਮੰਤਰੀ ਆਪ ਆਣਗੇ, ਔਰ ਜਦ ਇੱਕ ਐਮਫਿਲ ਨੂੰ, ਇੱਕ ਪੀਐਚਡੀ ਨੂੰ ਉਹ ਬੇਲਦਾਰ ਦੀ ਪੋਸਟ ਦਾ ਇੱਕ ਰਿਕਰੂਟਮੈਂਟ ਵਾਸਤੇ ਇੱਕ ਨਿਯੁਕਤੀ ਪੱਤਰ ਦੇ ਰਹੇ ਹੋਣਗੇ, ਤੇ ਕਿੱਦਾਂ ਦੀ ਤਸਵੀਰ ਹੋਏਗੀ ਔਰ ਕਿੱਦਾਂ ਪੰਜਾਬ ਉਸ ਤਸਵੀਰ ਦੇ ਵਿੱਚ ਨਜ਼ਰ ਆਏਗਾ? ਵੈਸੇ ਤਾਂ ਭਾਸਕਰ ਸਾਹਿਬ, ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਨੂੰ ਯਾਦ ਹੈ ਕਿ 2004 ਦੇ ਵਿੱਚ ਮੈਂ ਇੱਕ ਵਾਰੀ ਇੱਥੇ ਇੱਕ ਖਬਰ ਕੀਤੀ ਸੀ। ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨੂੰ ਮਾਲੀ ਚਾਹੀਦੇ ਸੀਗੇ। ਮਾਲੀ ਦੀਆਂ 10 ਪੋਸਟਾਂ ਸੀਗੀਆਂ ਤੇ ਪਤਾ ਨਹੀਂ 1200 ਪਤਾ ਨਹੀਂ 1300 ਐਪਲੀਕੇਸ਼ਨ ਆਈ ਸੀ। ਉਹਦੇ ਵਿੱਚ ਵੀ ਐਮਏ ਪਾਸ, ਐਮਫਿਲ ਪਾਸ ਬੰਦਿਆਂ ਨੇ ਅਪਲਾਈ ਕੀਤਾ ਸੀ। ਤਾਂ ਸਾਡਾ ਉਹ ਖਬਰ ਦਾ ਹੈਡਿੰਗ ਵੀ ਆਈ ਸੀ ਵੀ ਹੁਣ ਸਰਕਾਰ ਨੂੰ ਐਮਏ ਪਾਸ ਮਾਲੀ ਚਾਹੀਦੇ ਆ। ਸੋ ਤੁਸੀਂ ਉਹ ਹੁਣ ਜਿਹੜੀ ਬੇਲਦਾਰਾਂ ਵਾਲੀ ਗੱਲ ਕੀਤੀ ਹੈ, ਤਾਂ ਬੇਲਦਾਰਾਂ ਦੀਆਂ ਜਿਹੜੀਆਂ 48 ਪੋਸਟਾਂ ਹੈਗੀਆਂ ਨੇ ਜਿਹੜੀਆਂ ਨਿਕਲੀਆਂ ਨੇ ਕਾਰਪੋਰੇਸ਼ਨ ਦੇ ਵਿੱਚ, ਔਰ ਤੁਸੀਂ ਦੇਖੋ ਵੀ 5000 ਐਪਲੀਕੇਸ਼ਨ ਆਈ ਹੈ ਜਿਸ 'ਚ ਇਸ ਤਰ੍ਹਾਂ ਦੇ ਲੋਕ ਵੀ ਹੈਗੇ, ਜਿਵੇਂ ਤੁਸੀਂ ਕਿਹਾ ਐਮਫਿਲ ਹੈਗੇ ਆ, ਪੀਐਚਡੀ ਵਾਲੇ ਵੀ ਹੈਗੇ ਆ, ਇਸ ਤਰ੍ਹਾਂ ਦੇ ਵੀ ਬੰਦੇ ਕਰਦੇ ਆ। ਐਕਚੁਅਲੀ ਦਿੱਕਤ ਭਾਸਕਰ ਸਾਹਿਬ ਇੱਕ ਇਹ ਵੀ ਹੋ ਗਈ ਹੈ ਕਿ ਜਿਹੜਾ ਰੋਜ਼ਗਾਰ ਮੰਨਿਆ ਜਾਣ ਵਾਲਾ ਹੋ ਗਿਆ ਨਾ, ਤਾਂ ਰੋਜ਼ਗਾਰ ਮੀਨਸ ਸਰਕਾਰੀ ਨੌਕਰੀ, ਇੱਕ ਮੈਨੂੰ ਲੱਗਦਾ ਕਿ ਜ਼ਿਆਦਾ ਅਸੀਂ ਇਸ ਤੇ ਜ਼ਿਆਦਾ ਹੋ ਗਿਆ ਕਿ ਸਰਕਾਰੀ ਨੌਕਰੀ, ਕਿਉਂਕਿ ਇੱਕ ਨਾ ਗੈਪ ਬਹੁਤ ਵੱਡਾ ਆ ਗਿਆ। ਜਿੰਨੇ ਸਰਕਾਰੀ ਇੰਪਲੋਈਜ਼ ਦੀ ਇਸ ਟਾਈਮ ਤਨਖਾਹ ਹੋ ਚੁੱਕੀ ਹੈ, ਪ੍ਰਾਈਵੇਟ ਵਾਲੇ ਚ ਵਕਫਾ ਬਹੁਤ ਹੈ। ਮਤਲਬ ਕਿ ਐ ਨਹੀਂ ਕਿ ਪ੍ਰਾਈਵੇਟ ਚ ਨਹੀਂ ਹੈ ਸੈਲਰੀ, ਉਹ ਚ ਵੀ ਬਹੁਤ ਹੈ, ਪਰ ਉਹਦੇ ਚ ਪਹਿਲੇ ਤੇ ਦੂਜੇ ਦਰਜੇ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਚ ਬਹੁਤ ਹੀ ਗੈਪ ਹੈ। ਜੇ ਪਹਿਲੇ ਦਰਜੇ ਵਾਲਾ 5-5 ਲੱਖ ਰੁਪਇਆ, 3-3 ਲੱਖ ਰੁਪਇਆ ਲੈ ਰਿਹਾ, ਤਾਂ ਦੂਜਾ ਵਾਲਾ ਸਿੱਧਾ ਹੀ ਆ ਕੇ 70-80 ਹਜ਼ਾਰ ਤੇ ਆ ਜਾਂਦਾ। ਸੋ ਲੇਕਿਨ ਸਰਕਾਰੀ ਦੇ ਵਿੱਚ ਇੱਦਾਂ ਨਹੀਂ ਹੈ। ਸਰਕਾਰੀ ਦੇ ਵਿੱਚ ਤੁਸੀਂ ਦੇਖੋ ਵੀ ਹੁਣ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਜਿਹੜਾ ਮਤਲਬ ਪੁਰਾਣਾ, ਅਗਰ ਕੋਈ ਫੋਰਥ ਕਲਾਸ ਵਾਲਾ ਵੀ ਹੋਊਗਾ, ਉਹ ਵੀ 50-40-50 ਦੇ ਗੇੜ ਦੇ ਵਿੱਚ ਹੀ ਆ ਗਿਆ ਹੈਗਾ। ਤਾਂ ਉਹ ਗੈਪ ਜਿਹੜਾ ਹੈ ਉਹ ਜਿਹੜੀ ਇੱਕ ਇਹ ਅਮਾਊਂਟ ਹੈ, ਇਹ ਅਮਾਊਂਟ ਵੀ ਕਈ ਵਾਰ ਇੱਧਰ ਜਾਣ ਨੂੰ ਮਜਬੂਰ ਕਰਦੀ ਹੈ ਵੀ ਇੱਕ ਵਾਰੀ ਚਲੋ ਆਪਾਂ ਅੰਦਰ ਚਲੇ ਜਾਈਏ, ਫਿਰ ਟੈਸਟ ਟੁਸਟ ਦੇ ਕੇ ਫਿਰ ਆਪਾਂ ਜਿਹੜਾ ਹੈਗਾ ਉੱਚੇ ਅਹੁਦਿਆਂ ਵੱਲ ਵੀ ਚਲੇ ਜਾਵਾਂਗੇ, ਕਿਉਂਕਿ ਡਿਪਾਰਟਮੈਂਟਲ ਦੇ ਵਿੱਚ ਟੈਸਟ ਹੁੰਦੇ ਰਹਿੰਦੇ ਆ। ਤਾਂ ਇਹ ਇੱਕ ਜ਼ਿਆਦਾ ਉਹ ਬਣ ਗਿਆ। ਤਾਂ ਪਰ ਇਹਦੇ ਨਾਲ ਨੁਕਸਾਨ ਕੀ ਹੋ ਰਿਹਾ ਹੈ ਕਿ ਜਿਵੇਂ ਮੰਨ ਲਓ ਜੇ ਤਾਂ ਕੰਸਿਡਰੇਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਲੈ ਲਿਆ ਗਿਆ ਵੀ ਠੀਕ ਹੈ ਵੀ ਜੇ ਆਪਾਂ ਨੂੰ ਐਮਏ ਪਾਸ ਮਿਲ ਰਿਹਾ ਤਾਂ ਫਿਰ ਆਪਾਂ ਨੂੰ 8ਵੀਂ ਪਾਸ ਜਾਂ 10ਵੀਂ ਪਾਸ ਬੇਲਦਾ ਰੱਖਣ ਦੀ ਕੀ ਲੋੜ ਹੈ? ਉੱਥੇ ਦਿੱਕਤ ਆਊਗੀ ਕਿ ਜਿਹੜੇ ਬੰਦੇ ਨਹੀਂ ਪੜ ਪੈਂਦੇ ਕਿਸੇ, ਮਤਲਬ ਆਪਾਂ ਕਹਿ ਲਓ ਕਿਸੇ ਮਜਬੂਰੀ ਬਸ, ਆਰਥਿਕਤਾ ਦੀ ਵੀ ਹੋ ਸਕਦੀ ਹੈ, ਘਰਾਂ ਦੀ ਹੋਰ ਵੀ ਹੋ ਸਕਦੀਆਂ ਨੇ ਮਜਬੂਰੀਆਂ, ਜਿਹਦੇ ਕਰਕੇ ਉਹ ਨਹੀਂ ਕਰ ਪਾਉਂਦੇ, ਤਾਂ ਉਹ ਇਹਨਾਂ ਪੋਸਟਾਂ ਦੇ ਉੱਤੇ ਕੰਮ ਕਰਕੇ ਸੰਤੁਸ਼ਟ ਹੋ ਜਾਂਦੇ ਸੀ ਕਿ ਚਲੋ ਮਿਲ ਜਾਂਦੀਆਂ ਸੀ। ਪਰ ਜੇ ਹੁਣ ਇਹ ਵੀ ਨਹੀਂ ਮਿਲਣਗੀਆਂ ਤਾਂ ਫਿਰ ਉਹ ਕਿੱਧਰ ਜਾਣਗੇ? ਇੱਕ ਇਹ ਬੜੇ ਵੱਡੇ ਵੱਡੇ ਸਵਾਲ ਹੈਗੇ ਹੀ ਨੇ। ਔਰ ਦੂਜੀ ਗੱਲ ਜਿਹੜੀ ਬਾਰ ਬਾਰ ਇਹੀ ਕਹੀ ਜਾਂਦੀ ਹੈ ਕਿ ਅਸੀਂ ਇੱਥੇ ਇੰਨਾ ਰੁਜ਼ਗਾਰ ਦੇ ਦੇਣਾ ਹੈ ਕਿ ਜਿਹੜੇ ਵਿਦੇਸ਼ ਜਾ ਰਹੇ ਆ ਉਹ ਇੱਥੇ ਆ ਕੇ ਨੌਕਰੀਆਂ ਕਰਨਗੇ, ਹਜੇ ਅਸੀਂ ਉਸ ਦਿਸ਼ਾ ਵੱਲ ਕੰਮ ਵਧਾਇਆ ਨਹੀਂ ਹੈ, ਕਿਉਂਕਿ ਹਜੇ ਵੀ ਅਸੀਂ ਕਹਿ ਰਹੇ ਹਾਂ ਵੀ ਜਿਹੜੀ ਸਰਕਾਰੀ ਨੌਕਰੀ ਦੇ ਦੇਣਾ ਹੀ ਇੱਕ ਨੌਕਰੀ ਹੈ ਜਾਂ ਰੁਜ਼ਗਾਰ ਹੈ। ਨਹੀਂ, ਇਹ ਨਹੀਂ ਹੁੰਦਾ। ਬਹੁਤ ਸਾਰੇ, ਖਾਸ ਤੌਰ ਤੇ ਮੈਂ ਇਹ ਮੰਨਦਾ ਕਿ ਜਿਹੜਾ ਐਗਰੀਕਲਚਰ ਸੈਕਟਰ ਹੀ ਹੈਗਾ ਸਾਡਾ, ਉਹ ਇੰਨਾ ਵੱਡਾ ਇੰਪਲੋਇਰ ਸੈਕਟਰ ਹੈ ਜਿਹਦੇ ਤੇ ਹਜੇ ਤੱਕ ਕੁਛ ਹੋ ਹੀ ਨਹੀਂ ਰਿਹਾ ਹੈਗਾ। ਅਸੀਂ ਅਗਰ ਉਸ ਦਿਸ਼ਾ ਵੱਲ ਹੀ ਘੱਟੋ ਘੱਟ ਵਧੀਏ ਤਾਂ ਮੈਨੂੰ ਲੱਗਦਾ ਬਹੁਤ ਸਾਰਾ ਰੁਜ਼ਗਾਰ ਉੱਧਰ ਹੈਗਾ, ਸਾਨੂੰ ਉਡੀਕ ਰਿਹਾ। ਪਰ ਇਹ ਹੈ ਕਿ ਤੈਅ ਤਾਂ ਕਰੋ ਵੀ ਅਸੀਂ ਉੱਧਰ ਜਾਣਾ ਹੈ। ਇੱਕ ਇੱਕ ਸਾਲ ਹੋ ਗਿਆ ਲਟਕ ਰਹੀਆਂ, ਪਹਿਲਾਂ ਵੀ ਐਗਰੀਕਲਚਰ ਪਾਲਿਸੀਆਂ ਬਣੀਆਂ ਨੇ ਉਹ ਲਟਕਦੀਆਂ ਪਈਆਂ ਨੇ, 4-4-5-5 ਸਾਲ ਹੋ ਗਏ, ਹੁਣ ਇੱਕ ਇਹਨਾਂ ਨੇ ਬਣਾਈ ਹੈ, ਉਹ ਚ ਹਜੇ 2 ਮਹੀਨੇ ਹੋ ਗਏ ਚੀਫ ਮਿਨਿਸਟਰ ਸਾਹਿਬ ਕੋਲੇ ਗਈ ਨੂੰ, ਚੀਫ ਮਿਨਿਸਟਰ ਸਾਹਿਬ ਕੋਲੇ ਇੰਨਾ ਵੀ ਟਾਈਮ ਨਹੀਂ ਹੈ ਕਿ ਉਹਨੂੰ
ਜਾਰੀ ਕਰ ਸਕਣ ਬਾਈ, ਕਿਸ ਤਰ੍ਹਾਂ ਦੇ ਫਿਰ ਹੱਲ ਕਿਵੇਂ ਹੋਣਗੇ? ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਔਰ ਇਸ ਤੋਂ ਇਲਾਵਾ ਜਿੱਦਾਂ 19,000 ਰੁਪਏ ਤਨਖਾਹ ਹੈਗੀ ਹੈ ਜਿਹੜੀ ਹੈ ਬੇਲਦਾਰ ਦੀ ਪੋਸਟ ਦੇ ਵਿੱਚ, ਉਹਦੇ ਵਾਸਤੇ ਜਿਹੜੇ PhD ਜਾਂ ਹੋਰ ਪੜ੍ਹੇ ਲਿਖੇ ਐਪਲੀਕੈਂਟਸ ਨੇ ਅਪਲਾਈ ਕੀਤਾ ਹੋਏਗਾ, ਜੇ ਉਹਨਾਂ ਨੂੰ ਨੌਕਰੀ ਮਿਲ ਗਈ ਉਹਨਾਂ ਨੂੰ ਖੁਸ਼ੀ ਕਿੰਨੀ ਕੁ ਹੋਏਗੀ, ਜੇ ਨਹੀਂ ਮਿਲੀ ਤੇ ਦੁੱਖ ਕਿੰਨਾ ਕੁ ਹੋਏਗਾ। ਇਹ ਗੱਲ ਗੌਰ ਕਰਨ ਵਾਲੀ ਹੈਗੀ ਹੈ ਕਿ ਨਹੀਂ ਜਦ ਤੁਸੀਂ ਬੇਲਦਾਰ ਦੀ ਐਪਲੀਕੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਇਸ ਕਰਕੇ ਰਿਜੈਕਟ ਕਰ ਦਿੱਤਾ ਗਿਆ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਇਹ ਵੀ ਇੱਕ ਬੜੀ ਅਜੀਬ ਜਿਹੀ ਸਥਿਤੀ ਹੈ। ਔਰ ਦੂਜੇ ਪਾਸੇ NRI ਸਭਾ ਉੱਥੇ ਸਟੇਜ ਸੱਜ ਗਿਆ, 5 ਜਨਵਰੀ ਨੂੰ ਇਲੈਕਸ਼ਨ ਹੈ ਜਲੰਧਰ ਦੇ ਵਿੱਚ, ਔਰ 24,000 ਦੇ ਕਰੀਬ NRI ਸਭਾ ਦੇ ਮੈਂਬਰ ਹੈਗੇ ਨੇ, ਵੋਟਰ ਕਿੰਨੇ ਨੇ? ਹਮੀਰ ਸਿੰਘ ਜੀ ਇਹ ਦੱਸੋ ਵੀ ਜਾ ਕਿਸ ਪਾਸੇ ਰਹੀ ਹੈ? NRI ਵੀ ਹੁਣ NRI ਸਭਾ ਦੇ ਮੈਂਬਰ ਬਣਨ ਵਾਸਤੇ ਤਿਆਰ ਨਹੀਂ, ਜਾਂ ਜਿਹੜੇ ਮੈਂਬਰ ਬਣੇ ਨੇ ਉਹ ਵੋਟ ਪਾਉਣ ਵਾਸਤੇ ਤਿਆਰ ਨਹੀਂ, ਇਹ ਸਥਿਤੀ ਕਿੱਦਾਂ ਦੀ ਹੈਗੀ? ਵੈਸੇ ਤਾਂ ਸਰਕਾਰ ਚਾਹੁੰਦੀ ਹੈ ਕਿ NRI ਇਨਵੈਸਟ ਕਰਨ ਇੱਧਰ ਆਉਣ, ਤੇ ਸੰਮੇਲਨ ਵੀ ਕਰਦੀ ਹੈ ਸਾਲਾਨਾ, ਗਵਰਨਮੈਂਟ ਆਫ ਇੰਡੀਆ ਲੈਵਲ ਤੇ ਵੀ ਹੁੰਦਾ ਤੇ ਪੰਜਾਬ ਸਰਕਾਰ ਵੀ ਬੜੀ ਵਾਰ ਕਰਦੀ ਹੈ। ਇਹ NRI ਸਭਾ ਵੀ ਪਹਿਲਾਂ ਬਿਜਲੀ ਕਦੇ ਤੋੜ ਦਿੱਤੀ ਜਾਂਦੀ ਰਹੀ, ਕਦੇ ਫਿਰ ਬਹਾਲ ਕਰ ਦਿੱਤੀ ਜਾਂਦੀ ਰਹੀ, ਤੇ ਫਿਰ ਕੁਲਦੀਪ ਧਾਲੀਵਾਲ ਉਹਨੇ ਕਹਿੰਦੇ ਹੁੰਦੇ ਸੀ ਅਸੀਂ ਇਹਨੂੰ ਹੋਰ ਸਰਗਰਮ ਕਰਾਂਗੇ, ਮੈਂਬਰ ਵਧਾਵਾਂਗੇ, ਬਾਕੀ ਚੀਜ਼ਾਂ ਨੇ। ਹੁਣ ਜਦੋਂ ਚੋਣਾਂ ਨੇ, ਮੈਨੂੰ ਲੱਗਦਾ NRI ਸਭਾ ਦੇ ਵਿੱਚ ਵੀ ਜਿਹੜੇ ਲੋਕ ਨਾ ਜ਼ਿਆਦਾ ਐਕਟਿਵ ਹੁੰਦੇ ਨੇ, ਜਿਵੇਂ ਬਾਕੀ ਦੀਆਂ ਚੋਣਾਂ ਨੇ, ਕਲੱਬਾਂ ਦੀਆਂ, ਵਕੀਲਾਂ ਦੀਆਂ, ਬਾਰ ਦੀਆਂ, ਵੱਖ ਵੱਖ, ਜਿਹੜਾ ਬੰਦਾ ਕਾਬਜ਼ ਹੋ ਜਾਂਦਾ ਉਹ ਸ਼ਾਇਦ ਚਾਹੁੰਦਾ ਕਿ ਮੈਂ ਓਡੇ ਕੀ ਰਹਿਣ, ਉਦੋਂ ਜ਼ਿਆਦਾ ਪ੍ਰਚਾਰ ਨਾ ਕਰੋ, ਜਿੰਨੇ ਕੁ ਮੈਂਬਰ ਨੇ ਓਨੇ ਕੁ ਦੇ ਵਿੱਚੋਂ ਬਣਨਾ ਸੌਖਾ ਹੋ ਜਾਂਦਾ। ਔਰ ਬਹੁਤ ਸਾਰੇ ਜੇ ਤੁਸੀਂ ਇਹ ਬਣਾਉਣੇ ਨੇ, ਜਿਹੜੇ 24,000 ਦੇ ਕਰੀਬ ਮੈਂਬਰ ਪੁਰਾਣੇ ਹੈਗੇ, ਉਹ ਇਸ ਕਰਕੇ ਨਿਕਲ ਗਏ ਇਸ ਚੋਣ ਦੇ ਵਿੱਚੋਂ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਿਹਨੇ ਆਪਣੇ ਰਜਿਸਟ੍ਰੇਸ਼ਨ ਦੁਬਾਰਾ ਨਹੀਂ ਕਰਾਈ ਤੇ ਆਈ ਕਾਰਡ ਦੁਬਾਰਾ ਨਹੀਂ ਲਿਆ ਤੇ ਉਹ ਨਹੀਂ ਵੋਟ ਪਾ ਸਕਣਗੇ। ਹੁਣ ਇੱਕ ਤਰੀਕਾ ਹੁੰਦਾ ਵੋਟਾਂ ਬਣਾਉਣ ਦਾ ਤੇ ਨਵਿਆਉਣ ਦਾ, ਉਹਦੇ ਲਈ ਪ੍ਰਚਾਰ ਪ੍ਰਸਾਰ ਵੀ ਕਰਨਾ ਪੈਂਦਾ। ਆਪਾਂ ਦੇਖਦੇ ਹਾਂ ਚਾਹੇ ਇਲੈਕਸ਼ਨ ਕਮਿਸ਼ਨ ਆਪਣੇ ਪੰਜਾਬ ਦੇਸ਼ 'ਚ ਕਰਦਾ ਹੋਵੇ, ਪੰਜਾਬ 'ਚ ਕਰਦਾ ਹੋਵੇ, ਉਹ BNO ਲੈਵਲ ਦੇ ਲੋਕਲ ਹਰ ਮੁਹੱਲੇ ਤੱਕ ਦਾ, ਹਰ ਪਿੰਡ ਤੱਕ ਦਾ ਇੱਕ ਅਫਸਰ ਲਾਇਆ ਉਹਨਾਂ ਨੇ ਕਿ ਘਰ ਘਰ ਜਾ ਕੇ ਬਣਾਉਣੀ ਆ, ਤੁਸੀਂ ਐਂ ਕਰਨੀ ਆ, ਰਹਿ ਨਾ ਜਾਵੇ ਕੋਈ। ਔਰ ਇਸੇ ਢੰਗ ਨਾਲ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ, ਵੱਖ ਵੱਖ ਜਥੇਬੰਦੀਆਂ ਨੇ ਪੂਰਾ ਆਪੋ ਆਪਣੇ ਤਰੀਕੇ ਨਾਲ ਫਾਰਮ ਵੰਡਣੇ, ਫੋਟੋ ਕਰਾਉਣ, ਸਟੇਟ ਕਰਾਉਣੀ, ਜਾਣਾ। ਪਟਵਾਰੀਆਂ ਤੱਕ ਨੂੰ ਇਹ ਡਿਊਟੀ ਦਿੱਤੀ ਗਈ ਹੈ ਕਿ ਤੁਸੀਂ ਆਹ ਕਰਨਾ, ਵੋਟਾਂ ਤਾਂ ਬਣਦੀਆਂ ਨੇ। ਹੁਣ ਡਿਫਰੈਂਟ ਦੇਸ਼ਾਂ ਦੇ ਵਿੱਚ ਰਹਿੰਦੇ ਇਕੱਲੇ ਇੰਨੇ ਨਾਲ ਨਹੀਂ ਬਣਨਗੀਆਂ, ਕਿੰਨਾ ਪ੍ਰਚਾਰ ਆਪਾਂ ਤਾਂ, ਮੈਂ ਤਾਂ ਇਹ ਚੋਣ ਸੁਣੀ ਆ, ਹੁਣ ਇਦੋਂ ਪਹਿਲਾਂ ਤਾਂ ਕਦੇ ਗੱਲ ਹੀ ਨਹੀਂ ਸੁਣੀ ਵੀ ਖਬਰਾਂ ਛਪਦੀਆਂ ਹੁਣ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ, ਮੈਂਬਰ ਬਣਾਏ ਜਾ ਰਹੇ ਨੇ, ਜਿਹਨਾਂ ਨੇ ਨਹੀਂ ਬਣਾਈਆਂ ਬਣਾ ਲਓ ਭਾਈ, ਚੋਣਾਂ ਆਉਣਗੀਆਂ। ਜੇ ਤੁਸੀਂ ਦੱਸੋਗੇ ਨੀ, ਉਹ ਵਿਚਾਰੇ NRI ਆਪਦਾ ਆਪਦਾ ਕੰਮ ਕਰਦੇ ਨੇ, ਉੱਥੇ ਕੰਮ 'ਚ ਖੁੱਭੇ ਨੇ, ਤੇ ਉਹਨੂੰ ਜੇ ਇਨਫੋਰਮੇਸ਼ਨ ਹੈ ਕੋਈ ਨੀ, ਤੇ ਇਸ ਪੱਧਰ ਦੀ ਜਿਹੜੀ ਕੰਪੇਨ ਚਲਾ ਕੇ ਹੈ, ਤਾਂ ਫਿਰ ਉਹ ਕਿਵੇਂ ਆਏਗੀ ਉਸ ਪੱਧਰ ਦੇ ਉੱਤੇ? ਇਸ ਲਈ ਇੱਕ ਤਾਂ ਉਹਦੇ ਤਰੀਕੇ 'ਚ ਫਾਲਟ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਡਰਾਈਵ ਚਲਾਓ, ਸਾਲ 6 ਮਹੀਨੇ ਚਲਾਓ ਤਾਂ ਸਹੀ ਨਾ, ਕਿ ਅੱਗੇ ਸਾਲ ਨੂੰ ਇਲੈਕਸ਼ਨ ਆਊਗੀ ਭਾਈ, ਇਹਨੂੰ ਰਿਵਿਊ ਕਰਾਓ, ਜੋ ਵੀ ਰਜਿਸਟ੍ਰੇਸ਼ਨ ਹੈ, ਜਿਹੜਾ ਰਿਵਿਊ ਨਹੀਂ ਕਰਾਏਗਾ ਉਹ ਮੈਂਬਰਸ਼ਿਪ ਤੋਂ ਜਾਏਗਾ। ਉਹ ਤਾਂ ਕਈ ਵਾਰ ਇੱਕ ਵਾਰ ਮੈਂਬਰਸ਼ਿਪ ਲੈ ਕੇ ਬੰਦੇ ਬੈਠੇ ਹੋਣ ਵੀ ਆਪਾਂ ਮੈਂਬਰ ਤਾਂ ਹੈਗੇ ਹੀ ਆ, ਤੇ ਉਹਦੀ ਵੋਟ ਹੀ ਪਾਉਣੀ ਆ, ਵੋਟ ਦੇਖ ਲਾਂਗੇ, ਜਿੰਨੀ ਪਾਉਣੀ ਆ ਜਿੰਨੀ ਨਹੀਂ ਪਾਉਣੀ। ਤੁਸੀਂ ਡਬਲ ਸਿਟੀਜ਼ਨਸ਼ਿਪ ਦਾ ਕਨਸੈਪਟ ਲਿਆ ਰਹੇ ਹੋ ਕਿ ਦੋਹਰੀ ਨਾਗਰਿਕਤਾ ਹੋ ਸਕਦੀ ਹੈ ਜੇ NRI ਨੂੰ ਫਲਾਨਾ, ਜੇ ਉਹਦੇ 'ਚ ਵੀ ਇਹੀ ਕੰਮ ਕਰੋਗੇ ਜੇਕਰ ਬਾਕੀ ਨਹੀਂ ਹੋ ਰਿਹਾ, ਤੇ ਲਾ ਪਾ ਕੇ ਟੋਟਲ 285 ਵੋਟਾਂ ਬਣਦੀਆਂ ਜਿਹੜੀਆਂ ਬਚ ਗਈਆਂ। ਹਜ਼ਾਰਾਂ 'ਚੋਂ ਲੱਖਾਂ ਬੰਦਾ ਗਿਆ ਹੋਇਆ, ਹੁਣ ਹਜ਼ਾਰਾਂ ਬਣੀ ਆਏ, ਤਾਂ 24,000 ਵੀ ਘੱਟ ਸੀਗਾ ਜਿਹੜਾ 24,000 ਬਣਿਆ ਸੀ, ਮਤਲਬ ਉਹ ਵੀ ਕੋਈ ਜ਼ਿਆਦਾ ਨਹੀਂ ਸੀ ਉਹਦੇ ਰੇਸ਼ੋ 'ਚ ਜਿੰਨੇ ਬੰਦੇ ਹੈਗੇ ਨੇ, ਪਰ ਉਹ ਫਿਰ ਵੀ ਇੱਕ ਸਬਸਟਾਂਸ਼ੀਅਲ ਇੱਕ ਲੈਵਲ ਦਾ ਲੱਗਦਾ ਸੀ, ਚਲੋ 1,000 ਬੰਦੇ ਤਾਂ ਕਿਸੇ ਸਭਾ 'ਚ ਪਾਰਟੀਸਪੇਟ ਕਰ ਰਹੇ ਨੇ। ਔਰ ਇਹ 285 ਵਿੱਚ 160 ਤਾਂ ਇਹਨਾਂ 'ਚੋਂ ਨਵੇਂ ਬਣੇ ਨੇ, ਔਰ ਉਹ ਮੇਰੇ ਖਿਆਲ ਜਿਵੇਂ ਨਾ ਮੈਂ ਦੇਖਦਾ, ਮੈਂ ਤਾਂ ਮੈਂਬਰ ਨਹੀਂ ਆ ਪ੍ਰੈਸ ਕਲੱਬ ਦਾ,
ਔਰ ਜਿਨ੍ਹਾਂ ਨੇ ਵੋਟਾਂ ਲੜਨੀਆਂ ਹੁੰਦੀਆਂ ਨੇ ਨਾ, ਉਹ ਜਿਹੜੇ ਬੰਦੇ ਨਹੀਂ ਨਵਿਆਉਂਦੇ ਹੁੰਦੇ ਉਹ ਆਪ ਹੀ ਭਰ ਕੇ ਉਹਦੀ ਨਵਿਆ ਦਿੰਦੇ ਨੇ, ਫੀਸ ਜੀ ਭਰ ਕੇ ਵੀ ਆਪਣੇ 10 ਬੰਦੇ ਹੈਗੇ ਨੇ। ਉਹ ਕਿਤੇ ਐਂ ਨਾ ਕੀਤਾ ਹੋਵੇ ਉਹ 160 ਚ ਵੀ ਜਿਹੜੇ ਸੱਜਣ ਪ੍ਰਧਾਨਗੀ ਲੜ ਰਹੇ ਨੇ ਉਹਨਾਂ ਨੇ 3 ਜਣੇ ਪ੍ਰਧਾਨ ਲੜ ਰਹੇ ਨੇ, ਉਹਨਾਂ ਨੇ 10-10, 20-20 ਬਣਾ ਲਈਆਂ ਹੁਣ ਤੇ ਉਹਨਾਂ ਨੇ ਕਹਿਤਾ ਹੋਵੇ ਆਪਣੇ ਬੰਦਿਆਂ ਨੂੰ ਬੁਲਾਵਾਂਗੇ ਵੋਟਾਂ ਪਵਾ ਲਾਂਗੇ ਕਿਤੇ, ਉਹਦੇ ਚ ਵੀ ਤਾਂ ਇਹੀ ਗੱਲ ਨਹੀਂ ਹੋ ਰਹੀ। ਮਤਲਬ ਕਾਫੀ ਬੜਾ ਇਸ਼ੂ ਹੈ ਸਾਡੇ ਕੰਟਰੀ ਦੇ ਵਿੱਚ ਇਲੈਕਟੋਰਲ ਪ੍ਰੋਸੈਸ ਦੇ ਵਿੱਚ। ਔਰ ਜੇ ਸੱਚੀ ਹੋ ਤੁਸੀਂ ਇਨਵੋਲਵ ਕਰਨਾ ਚਾਹੁੰਦੇ ਹੋ ਕਿਸੇ ਮੁੱਦੇ ਦੇ ਉੱਤੇ, ਤਾਂ ਇਹ ਐਡਮਿਨਿਸਟ੍ਰੇਸ਼ਨ ਦੀ ਵੀ ਜ਼ਿੰਮੇਵਾਰੀ ਹੈ, ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੈ, ਇਹਨੂੰ ਟ੍ਰਾਂਸਪੇਰੈਂਟ ਕੀਤਾ ਜਾਵੇ, ਟ੍ਰਾਂਸਪੇਰੈਂਟ ਕਰਕੇ ਪਾਰਦਰਸ਼ਤਾ ਤਰੀਕੇ ਦੇ ਨਾਲ ਇਹਦੀ ਡਰਾਈਵ ਚਲਾਈ ਜਾਣੀ ਚਾਹੀਦੀ ਹੈ। ਇਹਦੇ ਨਾਲ ਹੋਰ ਲੋਕਾਂ ਨੂੰ ਜੋੜ ਦਿਓ, ਤੁਸੀਂ ਬਹੁਤ ਸਾਰੀਆਂ NRI ਸੰਸਥਾਵਾਂ ਹੋਰ ਵੀ ਤਾਂ ਬਣਾਈਆਂ ਹੋਈਆਂ ਨੇ, ਆਫੀਸ਼ਲੀ ਵੀ ਬਣਾਈਆਂ ਹੋਈਆਂ ਨੇ, ਜਿਹੜਾ NRI ਦੇ ਪ੍ਰੋਬਲਮ ਜੇ ਨੇ, NRI ਕਮਿਸ਼ਨ ਤੁਸੀਂ ਬਣਾ ਰੱਖਿਆ, ਪੁਲਿਸ ਦਾ ਇੱਕ ਸੈਟਅਪ ਬਣਾ ਰੱਖਿਆ, ਔਰ ਇਹ ਸਾਰੇ ਥਾਣੇ ਕਈ ਬਣਾ ਰੱਖੇ ਨੇ, ਜੇ ਐ ਬਣਾ ਲਿਆ ਤੇ ਇਹਨਾਂ ਨੂੰ ਕਲੱਬ ਸਾਰੀਆਂ ਚੀਜ਼ਾਂ ਨੂੰ, ਜਿਹੜੇ ਆਪਣੀ ਸਭਾ ਵੀ ਤਾਂ ਇਹੀ ਕਰੂਗੀ ਨਾ ਕਿ ਉਹਨਾਂ ਦੇ ਮੁੱਦੇ ਉਠਾਏ, ਜੇ ਉਹਨਾਂ ਨੂੰ ਉਹਦੀਆਂ ਲੋੜਾਂ ਨਾਲ ਜੋੜਦੇ ਹੋਏ ਸਾਰੀਆਂ ਚੀਜ਼ਾਂ ਨੂੰ, ਸ਼ਾਇਦ ਉਹ ਜ਼ਿਆਦਾ ਇਨਵੋਲਵ ਹੋਣਾ ਸ਼ੁਰੂ ਹੋ ਸਕਦੇ ਨੇ, ਜ਼ਿਆਦਾ ਇਸ ਮਾਮਲੇ ਚ ਆ ਸਕਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। NRI ਸਭਾ ਦਾ ਤੇ ਪਤਾ ਨਹੀਂ ਕੀ ਬਣੂਗਾ, ਕੌਣ ਪ੍ਰਧਾਨ ਬਣੂਗਾ, ਪਰ ਬੰਦੇ ਭਾਰਤ ਟ੍ਰੇਨ ਜਿਹੜੀ ਕੱਲ ਤੋਂ ਚੱਲ ਰਹੀ ਹੈ ਉਹਦੇ ਵਾਸਤੇ ਇੱਕ ਇਨਫੋਰਮੇਸ਼ਨ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੇਣਾ ਚਾਹਾਂਗੇ। ਹੁਣ 2 ਕੁ ਸਟੇਸ਼ਨ ਇਹਦੇ ਵਿੱਚ ਐਡ ਹੋ ਗਏ ਨੇ, ਔਰ ਜਿਹੜੀ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲੇਗੀ ਦਿੱਲੀ ਜਾਂਦੇ ਹੋਏ ਫਗਵਾੜਾ ਤੇ ਬਿਆਸ ਦੇ ਵਿੱਚ ਵੀ ਰੁਕੇਗੀ 2-2 ਮਿੰਟ, ਔਰ ਉਸ ਤੋਂ ਇਲਾਵਾ ਜਲੰਧਰ ਸਿਟੀ ਨਹੀਂ ਹੁਣ ਹੈ, ਜਲੰਧਰ ਕੈਂਟ ਦੇ ਵਿੱਚ ਰੁਕੇਗੀ। ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਹਨਾਂ ਨੂੰ ਕੱਲ SIT ਦਾ ਸੱਦਾ ਮਿਲਿਆ ਦੁਬਾਰਾ ਇੱਕ ਵਾਰ, ਤੀਜੀ ਵਾਰ ਇਹ ਸੰਮਨ ਹੋਇਆ, ਉਹ ਜਾਣਗੇ ਨਹੀਂ ਜਾਣਗੇ ਜਾਂ ਕੁਛ ਲਿਖ ਕੇ ਚਿੱਠੀ ਭੇਜਣਗੇ। ਔਰ ਉਸ ਤੋਂ ਇਲਾਵਾ ਕੇਜਰੀਵਾਲ ਸਾਹਿਬ ਜਿਹੜੇ ਵਿਪਾਸਨਾ ਦੇ ਵਿੱਚ ਪੰਜਾਬ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਵੀ 3 ਜਨਵਰੀ ਨੂੰ ED ਦੇ ਸਾਹਮਣੇ ਉਸ ਸੰਮਨ ਦੇ ਰਾਹੀਂ ਪੇਸ਼ ਹੋਣ ਦੀ ਉਹਦੇ ਉੱਤੇ ਵੀ ਇੱਕ ਬਣੀ ਹੋਈ ਹੈ ਕਿ ਵੀ ਹੋਣਗੇ ਨਹੀਂ ਹੋਣਗੇ। ਇਸ ਤੋਂ ਇਲਾਵਾ ਨੈਸ਼ਨਲ ਪੋਲੀਟਿਕਸ ਦੇ ਵਿੱਚ ਚੱਲੀਏ, ਹੁਣ ਕੱਲ੍ਹ ਨਾਗਪੁਰ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਦਾ ਆਗਾਜ਼ ਜਾਂ ਕਹੀਏ ਕੈਂਪੇਨ ਦੀ ਸ਼ੁਰੂਆਤ ਕਰਤੀ, ਔਰ ਕੀ ਨਾਗਪੁਰ ਦੇ ਵਿੱਚ ਉਹ ਕਹਿੰਦੇ ਨੇ ਕਿ ਜੇ ਇੰਡੀਆ ਬਲੌਕ ਦੀ ਸਰਕਾਰ ਆ ਗਈ ਤੇ ਉਹ ਕੀ ਇਸ ਤਰ੍ਹਾਂ ਦੇ ਕੰਮ ਕਰਨਗੇ ਜਿਹੜੇ ਇਸ ਸਰਕਾਰ ਦੇ ਕੀਤੇ ਹੋਏ ਕਦਮਾਂ ਨੂੰ, ਲਿੱਤੇ ਹੋਏ ਕਦਮਾਂ ਨੂੰ, ਸਟੈਪਸ ਨੂੰ ਉਹ ਰਿਵਾਈਵ ਕਰਨਗੇ ਜਾਂ ਇੱਕ ਤਰੀਕੇ ਨਾਲ ਉਹਨੂੰ ਰਿਵੋਕ ਕਰਨਗੇ ਜਾਂ ਫਿਰ ਵਾਪਸ ਲੈਣਗੇ। ਇੰਦਰਵੀਰ ਜੀ, ਹੁਣ ਨਾਗਪੁਰ ਦੇ ਵਿੱਚ ਇਹ ਰਾਹੁਲ ਗਾਂਧੀ ਉਹਨਾਂ ਦੀ ਰੈਲੀ, ਔਰ ਰੈਲੀ ਦੇ ਵਿੱਚ ਬਹੁਤ ਸਾਰੀ ਅਨਾਊਂਸਮੈਂਟਸ, ਉਹਨਾਂ ਅਨਾਊਂਸਮੈਂਟਸ ਦਾ ਔਰ RSS ਦੇ ਉੱਤੇ ਕਾਂਗਰਸ ਦਾ ਸਿੱਧਾ ਅਟੈਕ, ਇਹਨੂੰ ਤੁਸੀਂ ਕਿਸ ਰੂਪ ਵਿੱਚ ਦੇਖਦੇ ਹੋ? ਮੈਨੂੰ ਲੱਗਦਾ ਕਿ ਬੜਾ ਅਗਰੈਸਿਵ ਅਟੈਕ ਹੈਗਾ ਜਿਹੜਾ ਰਾਹੁਲ ਗਾਂਧੀ ਉਹਨਾਂ ਨੇ ਉੱਥੇ ਕੀਤਾ ਹੈਗਾ, ਉਹ ਇਸ ਕਰਕੇ ਵੀ ਕਿ ਹਾਲ ਹੀ ਵਿੱਚ ਉਹ 3 ਵੱਡੀਆਂ ਸਟੇਟਾਂ ਹਾਰ ਗਏ ਜਿੱਥੇ ਕਿ ਬਹੁਤ ਉਮੀਦ ਸੀਗੀ ਕਿ ਕਾਂਗਰਸ ਆ ਰਹੀ ਹੈ, ਉਹਨੂੰ ਪਿੱਛੇ ਛੱਡਦੇ ਹੋਏ ਵੀ ਉਹ ਜਿਹੜੀ ਇੱਕ ਨਿਰਾਸ਼ ਹੋ ਜਾਂਦਾ ਬੰਦਾ ਕਿ ਚਲੋ ਇੰਨੀ ਮਤਲਬ ਕੰਮ ਵੀ ਕੀਤਾ ਤੇ ਫਿਰ ਵੀ ਹੱਥ ਪੱਲੇ ਕੁਛ ਨਹੀਂ ਪਿਆ, ਉਸ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਜਿੱਥੇ ਉਹਨਾਂ ਨੇ ਆਪਣੀ ਪਹਿਲਾਂ ਆਪਾਂ ਕੱਲ ਪਰਸੋਂ ਦੋਨੋਂ 2 ਦਿਨ ਲਗਾਤਾਰ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੀ ਨਿਆਂ ਯਾਤਰਾ ਜਿਹੜੀ ਹੈ ਮਣੀਪੁਰ ਤੋਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ, ਉਸ ਦੇ ਨਾਲ ਹੀ ਜਿਹੜੀ ਕਿਉਂਕਿ ਇਨ ਬਿਟਵੀਨ ਹੀ ਹੁਣ ਕੈਂਪੇਨ ਵੀ ਸ਼ੁਰੂ ਹੋ ਹੀ ਚੁੱਕਿਆ, ਲਗਭਗ ਜਿੰਨਾ ਜਿੱਦਾਂ ਥਾਵਾਂ ਤੇ ਰੈਲੀਆਂ ਹੋ ਰਹੀਆਂ ਉਹ ਕਰੀ ਜਾ ਰਿਹਾ, ਤਾਂ ਜਿਹੜੀ ਕਾਂਗਰਸ ਨੇ ਕੱਲ ਕੀਤੀ ਹੈਗੀ ਹੈ ਉਹ ਨਾਗਪੁਰ ਤੋਂ ਕੀਤੀ ਹੈ। ਨਾਗਪੁਰ ਇੱਕ ਸਿੰਬੋਲਿਕ ਸਿੰਬਲ ਵੀ ਹੈ ਸਰਕਾਰ ਨੂੰ ਚੁਣੌਤੀ ਦੇਣ ਦਾ, ਕਿਉਂਕਿ ਕਿਹਾ ਵੀ ਇਹੀ ਜਾਂਦਾ ਨਾ ਕਿ ਇੱਥੇ ਇਹ ਨਾਗਪੁਰ ਹੈੱਡਕੁਆਟਰ ਹੈ RSS ਦਾ, ਤੇ ਇਸ ਕਰਕੇ ਉੱਥੋਂ ਚੁਣੌਤੀ ਦੇਣਾ ਇੱਕ ਵੱਡੀ ਹੈ, ਮਤਲਬ ਵਿਚਾਰਧਾਰਕ ਤੌਰ ਤੇ ਵੀ ਚੁਣੌਤੀ ਦੇਣੀ ਹੈ, ਕੱਲੀ ਦੂਸਰੀ ਤਰ੍ਹਾਂ ਨਹੀਂ। ਇੱਕ ਉਹਨਾਂ ਨੇ ਜਿਹੜੀ ਕੱਲ ਉੱਥੇ ਅਨਾਊਂਸਮੈਂਟ ਕੀਤੀ ਹੈ ਕਿ ਜਦੋਂ ਤੋਂ ਵੀ ਇੰਡੀਆ ਬਲੌਕ ਦੀ ਸਰਕਾਰ ਆ ਗਈ ਤਾਂ ਅਸੀਂ ਉੱਥੇ ਸਾਰੀਆਂ ਜਿੰਨੀਆਂ ਵੀ ਜਾਤੀਆਂ ਦਾ ਜਨਗਣਨਾ ਅਲੱਗ ਤੌਰ ਤੇ ਕਰਾਵਾਂਗੇ, ਇਹ ਵੀ ਕਿਉਂਕਿ
ਮੌਜੂਦਾ ਸਰਕਾਰ ਜਿਹੜੀ ਹੈਗੀ ਆ ਉਹ ਇਹਦੇ ਵਿਰੋਧ ਚ ਆ, ਉਹ ਨਹੀਂ ਕਰਾਉਣਾ ਚਾਹੁੰਦੀ। ਉਹ ਬਾਰ ਬਾਰ ਇਹ ਕਹਿ ਰਹੀ ਹੈ ਕਿ ਕਾਂਗਰਸ ਦੀ ਇਹ ਨੀਤੀ ਰਹੀ ਹੈ ਵੀ ਲੋਕਾਂ ਨੂੰ ਵੰਡ ਕੇ ਰਾਜ ਕਰਨ ਦੀ, ਅਸੀਂ ਇਹ ਵੰਡ ਕੇ ਨਹੀਂ ਕਰਨਾ ਚਾਹੁੰਦੇ। ਪਰ ਇਹ ਕਹਿ ਰਿਹਾ ਕਿ ਨਹੀਂ, ਅਸੀਂ ਜਿਨ੍ਹਾਂ ਦਾ ਮਤਲਬ ਹੱਕ ਬਣਦਾ ਉਹਨਾਂ ਨੂੰ ਉਨੀ ਉਹਨਾਂ ਹੱਕ ਦੇਣਾ ਜ਼ਰੂਰੀ ਹੈ। ਇਸ ਕਰਕੇ ਇਹ ਜਨਗਣਨਾ ਕਰਾਉਣੀ ਹੈ ਤਾਂ ਕਿ ਪਤਾ ਚੱਲ ਜਾਏ ਵੀ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਉਣੀਆਂ। ਸੋ ਇਹ ਦੋ ਚੀਜ਼ਾਂ ਜਿਹੜੀਆਂ ਕੱਲ੍ਹ ਹੋਈਆਂ ਨੇ, ਇਹ ਮੈਨੂੰ ਲੱਗਦਾ ਕਿ ਬਹੁਤ ਚੈਲੰਜੇਬਲ ਨੇ, ਚੈਲੰਜ ਹੈ ਇੱਕ ਤਰ੍ਹਾਂ ਦਾ ਮੋਦੀ ਸਰਕਾਰ ਨੂੰ। ਉਹ ਲੈਂਦੇ ਕਿਸ ਤਰ੍ਹਾਂ ਨੇ ਅੱਗੇ, ਔਰ ਇਹ ਇਸੇ ਰੈਲੀ ਦਾ ਜਵਾਬ ਕਿਸ ਰੈਲੀ ਦੇ ਰੂਪ ਚ ਦਿੱਤਾ ਜਾਏਗਾ, ਇਹ ਇੱਕ ਹੁਣ ਮੈਨੂੰ ਲੱਗਦਾ ਕਿ ਇੱਕ ਦੋ ਦਿਨ ਚ ਹੀ ਤੈਅ ਹੋ ਜਾਏਗਾ। ਜਿਸ ਤਰੀਕੇ ਨਾਲ ਕੱਲ ਦੀ ਰੈਲੀ ਹੋਈ ਔਰ ਉਸ ਵਕਤ ਹੀ ਉਸ ਦਿਨ ਹੀ ਇੱਕ ਗਾਣਾ ਬੀਜੇਪੀ ਨੇ ਰਿਲੀਜ਼ ਕੀਤਾ ਜਿਹਦੇ ਵਿੱਚ ਇਹ ਗੱਲ ਕਹੀ ਗਈ, ਜਿਹਦੇ ਗਾਣੇ ਦੇ ਬੋਲ ਹੀ ਇੱਦਾਂ ਦੇ ਨੇ ਕਿ ਫਿਰ ਆਏਗਾ ਮੋਦੀ। ਉਸ ਗਾਣੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵੀ ਫਿਰ ਆਏਗਾ ਮੋਦੀ, ਇਸ ਗਾਣੇ ਦਾ ਇੰਨਾ ਕੋਈ ਇੰਪੈਕਟ ਹੋਏਗਾ ਕਿ ਵਾਕਈ ਫਿਰ ਆਏਗਾ ਮੋਦੀ? ਦੇਖੋ ਫਿਰ ਆਏਗਾ ਮੋਦੀ ਕੋ ਤਾਂ ਬਣਦਾ ਜਾ ਰਿਹਾ, ਖਾਸ ਤੌਰ ਤੇ ਬੀਜੇਪੀ ਇਹ ਪੂਰੀ ਕੋਸ਼ਿਸ਼ ਕਰ ਰਹੀ ਹੈ, ਜਾਂ ਆਪਣੇ ਜਿਹੜੇ ਜਿਹੜੇ ਛੋਟੇ ਛੋਟੇ ਰੀਲਸ ਆਉਂਦੀਆਂ ਨੇ ਇਹਨਾਂ ਦੇ ਉੱਤੇ ਜਾਂ ਹੋਰ ਸਕਿੱਟਸ ਬਣਾ ਕੇ ਜਿਹੜੇ ਪੇਸ਼ ਕਰਦੇ ਨੇ, ਉਸ 'ਚ ਵੀ ਹੈ ਵੀ ਜਿੰਨਾ ਮਰਜ਼ੀ ਕੁਝ ਕਰ ਲਓ ਪਰ ਆਏਗਾ ਤਾਂ ਮੋਦੀ ਵੀ। ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ। ਹੁਣ ਉਹਨਾਂ ਨੇ ਇਸੇ ਨੂੰ ਹੀ ਇੱਕ ਗਾਣੇ ਦੇ ਰੂਪ 'ਚ ਵੀ ਪਾ ਕੇ ਪਰੋਤਾ ਹੈ। ਉਸੇ ਗਾਣੇ ਦੇ ਵਿੱਚ ਹੀ ਤੁਸੀਂ ਸਾਰੀਆਂ 2014 ਤੋਂ ਲੈ ਕੇ ਹੁਣ ਤੱਕ ਜਿਹੜੇ ਕੰਮ ਕੀਤੇ ਨੇ ਸਰਕਾਰ ਨੇ ਵੱਡੇ, ਜਿਹਨੂੰ ਕਹਿੰਦੇ ਆ ਉਹ ਵਿਵਾਦ ਹੋ ਸਕਦੇ ਆ ਉਹਨਾਂ ਤੇ, ਉਹ ਲੇਕਿਨ ਉਸਨੂੰ ਗਿਣਾਇਆ ਜਾ ਰਿਹਾ, ਚਾਹੇ ਉਹ 3333 ਦਾ ਮਾਮਲਾ ਹੋਵੇ, ਚਾਹੇ 370 ਦਾ ਮਾਮਲਾ ਹੋਵੇ, ਚਾਹੇ ਰਾਮ ਮੰਦਿਰ ਦਾ ਮਾਮਲਾ ਹੋਵੇ, ਸਾਰੇ ਇਹ ਉਹਨਾਂ ਨੂੰ ਐਜ਼ ਉਪਲਬਧੀ, ਮਤਲਬ ਇੱਕ ਸਰਕਾਰ ਦੀ ਉਪਲਬਧੀ ਦੇ ਤੌਰ ਤੇ ਗਿਣਾਇਆ ਜਾ ਰਿਹਾ, ਕਿਉਂਕਿ ਉਹਨਾਂ ਦਾ ਧਿਆਨ ਵੀ ਇਸੇ ਜਿਹੜੀ ਵੱਡੀ ਹਿੰਦੀ ਬੈਲਟ ਹੈ ਉਹਦੇ ਉੱਤੇ ਹੀ ਹੈ। ਉਸ ਤੇ ਬਹੁਤ ਸਾਰੀਆਂ ਯੂਪੀ ਵਰਗੀਆਂ ਸਟੇਟਾਂ ਜਿਹ 'ਚ 80-80 ਸੀਟਾਂ ਨੇ ਲੋਕ ਸਭਾ ਦੀਆਂ, ਉਹਨੂੰ ਪ੍ਰਭਾਵਿਤ ਕਰਦੀਆਂ ਨੇ। ਤੇ ਮੈਨੂੰ ਲੱਗਦਾ ਕਿ ਇਸ ਨੂੰ ਲੈ ਕੇ ਹੀ ਬੀਜੇਪੀ ਹੁਣ ਅੱਗੇ ਵਧੀ ਹੈ, ਔਰ ਜਿੰਨਾ ਅਸਰ ਹੋਊਗਾ ਇਸ ਗਾਣੇ ਦਾ ਉਹ ਹੋਣਾ ਵੀ ਇਸੇ ਉੱਤੇ ਹੀ ਹੈ। ਜੇ ਆਪਾਂ ਇਹ ਕਹੀਏ ਕਿ ਇਹਦਾ ਸਾਊਥ 'ਚ ਵੀ ਕੋਈ ਅਸਰ ਹੋ ਸਕਦਾ ਤਾਂ ਮੈਨੂੰ ਉਹਦਾ ਕੋਈ ਉਮੀਦ ਨਹੀਂ ਹੈਗੀ, ਪਰ ਹਾਂ ਇਸ ਏਰੀਆ ਜਿਹੜਾ ਹੈਗਾ ਉਹ 'ਚ ਯੂਪੀ ਹੈ, ਬਿਹਾਰ ਹੈ, ਹਿਮਾਚਲ ਹੈ, ਰਾਜਸਥਾਨ ਹੈ, ਮੱਧ ਪ੍ਰਦੇਸ਼ ਹੈ, ਛੱਤੀਸਗੜ੍ਹ ਹੈ, ਇਹ ਸਾਰੀਆਂ ਸਟੇਟਾਂ ਦੇ ਵਿੱਚ ਜ਼ਰੂਰ ਇਹਦਾ ਦਾ ਜਿਹੜਾ ਇੱਕ ਪ੍ਰਭਾਵ ਰਹੇਗਾ। ਔਰ ਜਿਸ ਤਰੀਕੇ ਨਾਲ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਇਨਵੀਟੇਸ਼ਨ ਭੇਜੇ ਗਏ ਨੇ ਵੱਖ ਵੱਖ ਲੀਡਰਾਂ ਨੂੰ, ਔਰ ਬਹੁਤ ਸਾਰੇ ਲੀਡਰ ਜਿਹੜੇ ਖਾਸ ਕਰਕੇ ਇੰਡੀਆ ਬਲੌਕ ਦੇ ਪਾਰਟਨਰ ਹੈਗੇ ਨੇ, ਕਈ ਲੀਡਰਾਂ ਨੇ ਮਨਾ ਕਰਤਾ ਵੀ ਅਸੀਂ ਰਾਮ ਮੰਦਿਰ ਦੇ ਉਦਘਾਟਨ ਤੇ ਨਹੀਂ ਜਾਵਾਂਗੇ। ਹੁਣ ਜੇ ਇੰਡੀਆ ਬਲੌਕ ਦੇ ਕਾਫੀ ਸਾਰੇ ਲੀਡਰ ਰਾਮ ਮੰਦਿਰ ਦੇ ਉਦਘਾਟਨ ਦੇ ਉੱਤੇ ਨਾ ਜਾਣ ਦਾ ਫੈਸਲਾ ਕਰਦੇ ਨੇ, ਤੇ ਕੀ ਉਹਨਾਂ ਨੂੰ ਐਂਟੀ ਰਾਮ ਡਿਕਲੇਅਰ ਕੀਤਾ ਜਾਏਗਾ ਬੀਜੇਪੀ ਦੁਆਰਾ? ਔਰ ਦੂਜੇ ਪਾਸੇ ਜਿਹੜੀ ਰਾਹੁਲ ਗਾਂਧੀ ਉਹਨਾਂ ਦੀ ਭਾਰਤ ਨਿਆਏ ਯਾਤਰਾ ਹੈ, ਉਹਦੇ ਵਿੱਚ ਇੰਡੀਆ ਬਲੌਕ ਦੇ ਪਾਰਟੀਆਂ ਉਹਦੇ ਸੰਮਿਲਿਤ ਹੋਣਗੀਆਂ, ਸਪੋਰਟ ਕਰਨਗੀਆਂ, ਉਹਦੇ ਵਿੱਚ ਸ਼ਾਮਿਲ ਹੋਣਗੀਆਂ? ਇਹ ਦੋ ਸਵਾਲ ਹੈ ਜਿਹੜੇ ਬੜੇ ਜ਼ਬਰਦਸਤ ਤਰੀਕੇ ਨਾਲ ਅੱਜ ਕੱਲ੍ਹ ਸਿਆਸੀ ਗਲਿਆਰਿਆਂ ਦੇ ਵਿੱਚ ਡਿਸਕਸ ਹੋ ਰਹੇ ਨੇ। ਹਾਂ ਬਿਲਕੁਲ, ਜਿਹੜਾ ਤੁਸੀਂ ਗੱਲ ਕੀਤੀ ਹੈ ਪਿੱਛੇ ਜੇ ਇੱਕ ਉਹ ਮੈਸੇਜ ਵੀ ਚੱਲਿਆ ਸੀ, ਮੈਨੂੰ ਨਹੀਂ ਪਤਾ ਵੀ ਉਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ, ਕਿਉਂਕਿ ਅੱਜ ਕੱਲ੍ਹ ਇੰਟਰਨੈਟ ਮੀਡੀਆ ਤੇ ਜਿੰਨਾ ਉਹ ਚੀਜ਼ਾਂ ਆਉਂਦੀਆਂ ਨੇ ਉਹ ਸਾਰੀਆਂ ਦੇ ਉੱਤੇ ਬੜਾ ਸ਼ੱਕ ਜਿਹਾ ਵੀ ਹੁੰਦਾ ਕਿ ਜਿਹੜਾ ਮੰਦਿਰ ਟਰੱਸਟ ਹੈਗਾ ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਤੱਕ ਨੂੰ ਕਹਿਤਾ ਵੀ ਤੁਸੀਂ ਨਾ ਆਇਓ। ਹੁਣ ਇਹ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਇਹ ਵੀ ਇੱਕ ਬੜੇ ਇੰਪੋਰਟੈਂਟ ਨੇ ਔਰ ਬੜੇ ਪ੍ਰਚਾਰੇ ਜਾ ਰਹੇ ਨੇ। ਜੇ ਤਾਂ ਹੁਣ ਔਰ ਇਹਦਾ ਕਿਸੇ ਨੇ ਹਜੇ ਤੱਕ ਖੰਡਨ ਵੀ ਨਹੀਂ ਕੀਤਾ ਕਿ ਜੇ ਇਹ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਤਾਂ ਕੀ ਇਹ ਗਲਤ ਹੈ, ਔਰ ਕਿਸੇ ਨੇ ਇਹ ਨਹੀਂ ਕਿਹਾ ਹਜੇ ਤੱਕ ਵੀ ਇਹ ਗਲਤ ਹੈ। ਤੁਸੀਂ ਦੇਖੋ ਵੀ ਜੇ ਰਾਮ ਮੰਦਿਰ ਦੀ ਅਸੀਂ ਗੱਲ ਕਰ ਰਹੇ, ਜੇ ਮੈਂ ਬੀਜੇਪੀ ਦੇ ਪੁਆਇੰਟ ਆਫ ਵਿਊ ਨਾਲ ਦੇਖਾਂ ਤਾਂ ਇਸ ਅੰਦੋਲਨ ਦੀ ਤਾਂ ਸ਼ੁਰੂਆਤ ਹੀ ਉਹਨਾਂ ਤੋਂ ਹੋਈ ਹੋਈ ਹੈ, ਉਹੀ ਇਹਦੇ ਪੁਰੋਧਾ ਨੇ, ਅੱਗੇ ਸਭ ਤੋਂ ਜ਼ਿਆਦਾ ਉਹੀ ਰਹੇ ਨੇ। ਤੇ ਜੇ ਅੱਜ ਉਸ 'ਚ ਤੁਸੀਂ ਮੂਰਤੀ ਵੀ ਸਥਾਪਨਾ ਦਾ ਜਿਹੜਾ ਕਾਰਜਕ੍ਰਮ ਐਡਾ ਵੱਡਾ ਕਰ ਰਹੇ ਹੋ ਤੇ ਉਹਦੇ ਵਿੱਚ ਉਹਨਾਂ ਨੂੰ ਸੱਦਾ ਨਹੀਂ ਦੇ ਰਹੇ,
ਤਾਂ ਇਹ ਇਹਦੇ ਤੇ ਇੱਕ ਸਵਾਲ ਤਾਂ ਹੈ ਹੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ, ਤੇ ਜਿੱਥੇ ਦੇਖੋ ਮੈਨੂੰ ਲੱਗਦਾ ਕਿ ਹੁਣ ਵੀ ਪੰਜਾਬ ਚ ਇੱਕ, ਪਿਛਲੇ ਹਫਤੇ ਆਪਾਂ ਡਿਸਕਸ ਵੀ ਕੀਤੀ ਸੀ, ਪੰਜਾਬ ਚ ਵੀ ਇੱਕ ਮੀਟਿੰਗ ਹੋਈ ਹੈ ਇੱਥੇ, ਉੱਥੇ ਦੇਖ ਬਹੁਤ ਕਾਂਗਰਸੀ ਵੀ ਇਹ ਚਾਹੁੰਦੇ ਸੀਗੇ ਕਿ ਰਾਮ ਮੰਦਿਰ ਵਾਲਾ ਜਿਹੜਾ ਇਸ਼ੂ ਹੈ ਇਹਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਤਾਂ ਉਹਨਾਂ ਨੇ ਆਪਣੇ ਹਿੰਦੂ ਨੇਤਾਵਾਂ ਦੀਆਂ ਮੀਟਿੰਗਾਂ ਬੁਲਾ ਕੇ, ਸਮਿਤੀਆਂ ਬਣਾ ਕੇ ਕਿਹਾ ਵੀ ਅਸੀਂ ਵੀ ਉੱਥੇ ਬੰਦਿਆਂ ਨੂੰ ਆਪਣੇ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਗਵਰਨਮੈਂਟ ਲੈ ਕੇ ਜਾ ਰਹੀ ਹੈ। ਸੋ ਜਿੱਥੇ ਜਿੱਥੇ ਤਾਂ ਉਹ ਸੂਟ ਕਰ ਰਿਹਾ ਇਹ ਚੀਜ਼ ਕਿ ਹਾਂ ਕਿਤੇ ਸਾਨੂੰ ਇਹ ਨਾ ਹੋਵੇ ਵੀ ਸਾਰਾ ਹਿੰਦੂ ਵਰਗ ਜਿਹੜਾ ਫਿਰ ਉਹ ਸਾਡੇ ਤੋਂ ਛਿਟਕ ਕੇ ਦੂਜੇ ਪਾਸੇ ਚਲੇ ਜਾਏ। ਉੱਥੇ ਤਾਂ ਇਹ ਚੀਜ਼ ਕਾਰਗਰ ਹੈ, ਪਰ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਸੀਟਾਂ ਏਦਾਂ ਦੀਆਂ ਹੋਣ ਜਾਂ ਬਹੁਤ ਸਾਰੇ ਇਲਾਕੇ ਏਦਾਂ ਦੇ ਹੋਣ ਜਿੱਥੇ ਮੁਸਲਿਮ ਡੋਮੀਨੇਟ ਕਰ ਰਹੇ ਹੋਣ, ਤਾਂ ਉੱਥੇ ਫਿਰ ਇਹ ਚੀਜ਼ ਗੱਲ ਕਰੇਗੀ, ਵਰਕ ਕਰੇਗੀ ਕਿ ਨਹੀਂ ਕਰੇਗੀ, ਇਹ ਤਾਂ ਵੀ ਸਵਾਲ ਹੈਗਾ। ਤਾਂ ਮੇ ਬੀ ਜਿੰਨਾਂ ਲੋਕਾਂ ਨੇ ਮਨਾ ਕੀਤਾ ਹੋਏਗਾ ਇੱਕ ਤਾਂ ਉਹ, ਜਾਂ ਜਿਨ੍ਹਾਂ ਦੀ ਮਤਲਬ ਇੱਕ ਮਤਲਬ ਵਿਚਾਰਧਾਰਾ ਹੀ ਇਹ ਹੈ ਵੀ ਜਿਹੜਾ ਧਰਮ ਹੈ ਇਹ ਪਿਓਰਲੀ ਪਿਓਰਲੀ ਇੰਡੀਵਿਜੁਅਲ ਮਾਮਲਾ ਹੈ, ਅਸੀਂ ਤਾਂ ਉਸੇ ਤੇ ਹੀ ਖੜੇ, ਇਹੀ ਸਾਡਾ ਸਿਧਾਂਤ ਹੈ ਇਹਦਾ, ਇਹਨੂੰ ਰਾਜਨੀਤੀ ਨਾਲ ਰਲ ਗੱਟ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਏ। ਜਿਵੇਂ ਮੈਂ ਕੱਲ ਸੈਮ ਪਿਤਰੌਦਾ ਹੋਰਾਂ ਦਾ ਵੀ ਪੜ੍ਹ ਰਿਹਾ ਸੀ, ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਵੀ ਇਹ ਧਰਮ ਜਿਹੜਾ ਹੈ ਟੋਟਲੀ ਇੰਡੀਵਿਜੁਅਲ ਮਾਮਲਾ ਹੈ, ਇਸ ਕਰਕੇ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਰਾਮ ਮੰਦਿਰ ਦੇ ਉੱਤੇ ਇੱਕ ਮੂਵਮੈਂਟ ਖੜੀ ਕੀਤੀ ਜਾ ਰਹੀ ਹੈ ਵੀ ਸਾਰੇ ਨੂੰ ਲੈ ਕੇ ਜਾਓ ਪੂਰੇ ਕੰਟਰੀ ਨੂੰ ਉੱਥੇ, ਤਾਂ ਉਹ ਵੀ ਉਹ ਕਹਿ ਰਿਹਾ ਵੀ ਇਹ ਬਿਲਕੁਲ ਰਾਜਨੀਤੀ ਨਾਲ ਜੋੜ ਕੇ ਕੀਤਾ ਜਾ ਰਿਹਾ, ਧਰਮ ਨਾਲ ਇਹਦਾ ਕੋਈ ਵਾਸਤਾ ਨਹੀਂ ਹੈਗਾ, ਜਿਹਨੇ ਜਾਣਾ ਹੈ ਉਹ ਤਾਂ ਆਪਣੇ ਆਪ ਹੀ ਚਲਾ ਜਾਏਗਾ। ਹਮੀਰ ਸਿੰਘ ਜੀ, ਸੈਮ ਪਿਤਰੋਦਾ ਦੀ ਗੱਲ ਕੀਤੀ ਇੰਦਰਪ੍ਰੀਤ ਹੋਰਾਂ ਨੇ, ਸੈਮ ਪਿਤਰੋਦਾ ਨੇ ਕਿਉਂ ਕਿਹਾ ਕਿ ਵੀ ਬੀਜੇਪੀ 400 ਤੋਂ ਵੱਧ ਸੀਟਾਂ ਵੀ ਲੈ ਕੇ ਜਾ ਸਕਦੀ ਹੈ 2024 ਦੇ ਇਲੈਕਸ਼ਨ ਦੇ ਵਿੱਚ, 400 ਤੋਂ ਵੱਧ ਸੀਟਾਂ ਬੀਜੇਪੀ ਇਕੱਲੇ ਜੇ ਲੈ ਜਾਂਦੀ ਹੈ। ਔਰ ਇਹ ਬਿਆਨ ਸੈਮ ਪਿਤਰੋਦਾ ਦਿੰਦੇ ਨੇ, ਕਿਉਂ ਦਿੰਦੇ ਨੇ ਇਹ ਦੱਸੋ, ਇਹ ਕਾਰਨ ਕੀ ਹੈ ਕੀ ਕੰਮ ਨਾ ਦਿੱਤਾ ਤੇ ਇੱਦਾਂ ਦੇ ਹਾਲਾਤ ਹੋਣਗੇ? ਜੀ, ਇੱਕ ਛੋਟੀ ਜਿਹੀ ਟਿੱਪਣੀ ਇਹ ਦੋਨਾਂ ਤੇ, ਕਿਉਂਕਿ ਰਾਹੁਲ ਗਾਂਧੀ ਜਿਹੜਾ ਕਹਿ ਰਿਹਾ ਲੰਮੇ ਸਮੇਂ ਤੋਂ ਕਿ ਵਿਚਾਰਧਾਰਾਵਾਂ ਦੀ ਲੜਾਈ ਹੈ ਕੇਵਲ ਚੋਣ ਦੀ ਲੜਾਈ ਦੀ, ਔਰ ਬੀਜੇਪੀ ਐਲੀਗੇਸ਼ਨ ਲਾ ਰਹੀ ਹੈ ਕਾਸਟ ਸੈਂਸਸ ਤੇ ਕਿ ਫੁੱਟ ਪਾਉਣ ਵਾਲੇ ਵੰਡ ਪਾਊ ਲੋਕ ਨੇ, ਉਹ ਵੀ ਕਹਿੰਦੇ ਨੇ ਵੰਡ ਪਾਊ ਲੋਕ ਨੇ, ਇਹਦਾ ਮਤਲਬ ਇੱਕ ਰਿਲੀਜੀਅਸ ਆਧਾਰ ਤੇ ਵੰਡ ਪਾਊ ਹੈ, ਜਿਹੜੇ ਹਿੰਦੂਤਵੀ ਏਜੰਡੇ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ ਰਾਮ ਮੰਦਿਰ ਦੇ ਆਧਾਰ ਤੇ, ਉਹਨਾਂ ਨੂੰ ਕਹਿੰਦੇ ਨੇ ਕਾਸਟ ਦਾ। ਕਾਸਟ ਸੈਂਸਸ ਚ ਵੈਸੇ ਤੁਰਪ ਦੇ ਪੱਤੇ ਦੀ ਤਰ੍ਹਾਂ ਮੇਰਾ ਕਹਿੰਦਾ ਕਾਂਗਰਸ ਵਰਕਿੰਗ ਕਮੇਟੀ ਨੇ ਵੀ ਇਹਨੂੰ ਕੀਤਾ ਤੇ ਸ਼ਾਇਦ ਇੰਡੀਆ ਅਲਾਇੰਸ ਨੇ, ਉਹਦਾ ਕਾਰਨ ਹੈ ਮੇਜਰ ਕਿ ਕਾਸਟ ਦੀ ਪ੍ਰਣਾਲੀ ਐਕਚੁਅਲੀ ਇਨਬਿਲਟ ਹਿੰਦੂ ਰਿਲੀਜਨ ਦੇ ਵਿੱਚ ਹੀ ਹੈਗੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਜਿਹੜੀ ਉਹਦੇ ਵਿੱਚ ਅੱਗੇ ਕਾਸਟਾਂ ਨੇ ਫਿਰ ਉਹਦੀ ਡਿਵੀਜ਼ਨ ਨੂੰ ਇਸਤੇਮਾਲ ਕਿਵੇਂ ਕੀਤਾ ਜਾਏ? ਜੇ ਹਿੰਦੂਤਵ ਦੀ ਏਜੰਡੇ ਦੇ ਵਿੱਚ ਸਾਰੀਆਂ ਕਾਸਟ ਆ ਕੇ ਇਕੱਠੀਆਂ ਹੋ ਗਈਆਂ ਤਾਂ ਬੀਜੇਪੀ ਨੂੰ ਪੈਂਦੀਆਂ ਨੇ, ਕਾਸਟ ਦਾ ਜਿਹੜਾ ਆਪਣਾ ਕੰਟਰਡਿਕਸ਼ਨ ਨੇ ਉਹ ਫਿਰ ਟੁੱਟਦੀਆਂ ਨੇ ਆਪਸ ਦੇ ਵਿੱਚ, ਉਹ ਕਹਿੰਦੇ ਨੇ ਉਸ ਏਜੰਡੇ ਨੂੰ ਕਾਟ ਕਰਨ ਵਾਲਾ ਇਹੀ ਇੱਕ ਏਜੰਡਾ ਹੈ। ਪਿਛਲਾ ਜੇਕਰ 2014 2019 ਦੀ ਇਲੈਕਸ਼ਨ ਦਾ ਜਿਹੜਾ ਡਾਟਾ ਹੈ ਉਹ ਇਹ ਹੈ ਕਿ 45% OBC ਬੀਜੇਪੀ ਨੂੰ ਭੁਗਤ ਰਿਹਾ ਹੈ, ਇਹ ਬਹੁਤ ਬੜਾ ਲਾਟ ਹੈ। ਇਹਦੇ ਚ ਡੈਂਟ ਪਾਉਣ ਦਾ ਇੱਕ ਜ਼ਰੀਆ ਹੀ ਹੈ ਕਿ ਕਾਸਟ ਸੈਂਸਸ ਦਾ ਜਿਹੜਾ ਸਿਸਟਮ ਹੈ, ਤਾਂ ਕਿ ਉਹ ਇਹ ਸੱਦਾ ਦੇ ਰਹੇ ਨੇ ਕਿ ਤੁਸੀਂ ਕੇਵਲ ਵੋਟਰ ਨਹੀਂ ਹੋ ਤੇ ਤੁਸੀਂ ਅੱਗੇ ਜਾ ਕੇ ਤੁਹਾਨੂੰ ਅਹੁਦੇਦਾਰੀਆਂ ਸੱਤਾ ਚ ਸ਼ੇਅਰਿੰਗ ਦਾ ਹਿੱਸਾ ਵੀ ਦਿਵਾਵਾਂਗੇ ਉਸ ਪੱਧਰ ਦੇ ਉੱਤੇ ਜਦੋਂ ਇਹ ਸੈਂਸਸ ਹੋਊਗੀ, ਤੇ ਸੈਂਸਸ ਕਿਉਂ ਨਹੀਂ ਦਿੱਤੀ ਜਾ ਰਹੀ, ਜੇ ਬਹੁਤ ਸਾਰਾ ਕੁਛ ਹੈਗਾ। ਇਹ ਬਹੁਤ ਕਰੂਸ਼ਲ ਇਸ਼ੂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ। ਇਹਦਾ ਮਤਲਬ ਦੋ ਏਜੰਡੇ ਕਲੀਅਰ ਨੇ ਇਸ ਸਮੇਂ, ਇੱਕ ਕਾਸਟ ਸੈਂਸਸ ਇੱਕ ਧਿਰ ਪ੍ਰਮੁੱਖ ਏਜੰਡੇ ਦੇ ਤੌਰ ਤੇ ਵਿਚਾਰ ਰਹੀ ਹੈ, ਦੂਜੀ ਧਿਰ ਰਾਮ ਮੰਦਿਰ 370 ਟ੍ਰਿਪਲ ਤਲਾਕ ਉਹਦੇ ਮੇਜਰ ਗਾਣੇ ਦੇ ਕੰਪੋਨੈਂਟ ਨੇ ਤਿੰਨ, ਤੇ ਨਾਲ ਇਨਫਰਾਸਟ੍ਰਕਚਰ ਡਿਵੈਲਪਮੈਂਟ।
ਇਹ ਦੋ ਦਾ ਕੰਬੀਨੇਸ਼ਨ ਹੈ। ਇਹਦਾ ਮਤਲਬ ਉਹ ਤਿੰਨੇ ਗੱਲਾਂ ਤਾਂ ਇੱਕ ਸੈਂਟੀਮੈਂਟ ਨੂੰ ਰਿਪ੍ਰੈਜੈਂਟ ਕਰਦੀਆਂ ਨੇ, ਤੇ ਦੂਸਰੀ ਕਾਸਟ ਸੈਂਸ ਚ ਜਿਹੜੀ ਰਾਹੁਲ ਗਾਂਧੀ ਦੀ ਯਾਤਰਾ ਨਾਲ ਮੈਚ ਕਰਦਾ, ਜਿਹੜੇ ਕਹਿੰਦੇ ਨੇ ਉਹ ਨਿਆਂ ਯਾਤਰਾ ਹੈ, ਸਮਾਜਿਕ ਆਰਥਿਕ ਤੇ ਸਮਾਜ ਰਾਜਨੀਤਿਕ ਨਿਆਂ, ਸਮਾਜਿਕ ਨਿਆਂ ਨੂੰ ਕਾਸਟ ਸੈਂਸ ਦਾ ਰੂਪ ਦੇਣ ਦੀ ਗੱਲ ਹੈ ਅਸਲ ਦੇ ਵਿੱਚ, ਜਿਹੜੇ ਨੂੰ ਉਹ ਕਹਿ ਰਹੇ ਨੇ ਕਿ ਬਰਾਬਰੀ ਤਾਂ ਆਊਗੀ ਫਿਰ ਜਿਹਦੀ ਜਿੰਨੀ ਗਿਣਤੀ ਉਹਨਾਂ ਉਹਦੀ ਹਿੱਸੇਦਾਰੀ ਸੱਤਾ ਚ। ਇਹ ਸਲੋਗਨ ਜਿਹੜਾ ਉਸ ਲੈਵਲ ਤੇ ਆਏਗਾ ਜੇ ਇਹ ਬਾਇਨਰੀ ਚੱਲਦੀ ਹੈ, ਜੇ ਇਹ ਨੈਰੇਟਿਵ ਚੱਲਦਾ ਤਾਂ ਇਹ ਇੰਟਰਸਟਿੰਗ ਬਣਾ ਦੇਗਾ 2024 ਦੀ ਲੋਕ ਸਭਾ ਚੋਣ ਦੀ ਕੰਪੇਨ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਉਹ ਬਣਾਉਣਗੇ ਕਿਵੇਂ ਮੈਨੂੰ ਨਹੀਂ ਲੱਗਦਾ, ਜਿਵੇਂ ਪੰਜਾਬ ਵਾਲੇ ਕਹਿੰਦੇ ਨੇ ਅਸੀਂ ਤਾਂ ਮੰਦਰ ਬੱਸਾਂ ਭਰ ਕੇ ਉੱਥੇ ਜਾਵਾਂਗੇ ਅਯੁੱਧਿਆ, ਤਾਂ ਇਹਨਾਂ ਨੇ ਥੋੜੀ ਰਾਹੁਲ ਗਾਂਧੀ ਦੀ ਅਪਰੋਚ ਨੂੰ ਟੋ ਕਰਨਾ, ਕਹਿੰਦੇ ਨਾ ਪਹਿਲਾਂ ਕੀਤੀ ਹੈ, ਨਾ ਪਹਿਲਾਂ ਅਮਰਿੰਦਰ ਸਿੰਘ ਨੇ, ਨਾ ਕਿਸੇ ਹੋਰ ਨੇ ਕੀਤੀ ਹੈ। ਜਿਹੜੀ ਇਹ ਵਿਖਰ ਪਹਿਲਾਂ ਆਪਣੇ ਕੇਡਰ ਨੂੰ ਉਹ ਸਮਝਾਉਣਾ ਕਿ ਜ਼ਰੂਰੀ ਕਿਉਂ ਹੈ ਤੇ ਗੱਲ ਕਰਨੀ ਕਿਉਂ ਜ਼ਰੂਰੀ ਹੈ। ਪੰਜਾਬ ਦੇ ਇੱਕ ਵੀ ਲੀਡਰ ਤੋਂ ਕਾਸਟ ਸੈਂਸਰ ਦਾ ਬਿਆਨ ਸੁਣਿਆ ਤੁਸੀਂ ਕਾਂਗਰਸ ਤੋਂ? ਕਿਸੇ ਤੋਂ ਅੱਜ ਤੱਕ? ਉਹਦੀ ਵਰਕਿੰਗ ਕਮੇਟੀ ਅਪਰੂਵ ਕਰ ਗਈ, ਬਾਕੀ ਚੀਜ਼ਾਂ ਕਰ ਗਏ? ਨਹੀਂ, ਇਹ ਪ੍ਰੋਬਲਮ ਹੈ ਅਸਲ ਚ ਸਾਰੇ ਕਿਤੇ, ਜਿਹੜੀ ਹੇਠਾਂ ਤੱਕ ਤੁਸੀਂ ਉਹ ਆਪਸ ਚ ਹੋਰ ਗੱਲਾਂ ਤੇ ਲੜਦੇ ਨੇ। ਤੇ ਜਿਹੜੀ ਗੱਲ ਹੈਗੀ ਹੈ ਇਲੈਕਟੋਰਲ ਡੈਮੋਕ੍ਰੇਸੀ ਦੇ ਸੈਟਅਪ ਦੇ ਵਿੱਚ ਅਸੀਂ ਉਦੋਂ ਨੀਚੇ ਆ ਗਏ, ਉਹ ਕਹਿੰਦੇ ਵੀ ਇੰਡੀਆ ਹੁਣ ਆ ਲੇਟੈਸਟ ਰਿਪੋਰਟ ਦੇ ਵਿੱਚ ਆਟੋਕਰੇਟਿਕ ਡੈਮੋਕਰੇਟਿਕ ਸਟੇਟ ਬਣ ਗਈ ਹੈ ਟੋਟਲੀ, ਤੇ ਇਸ ਕਰਕੇ ਵੋਟਾਂ ਤਾਂ ਪੈਂਦੀਆਂ ਨੇ ਪਰ ਵੋਟਾਂ ਬਹੁਤ ਹੋਰ ਕਾਰਨਾਂ ਕਰਕੇ ਪੈਂਦੀਆਂ ਨੇ, ਆਪਣੀ ਲੋਕ ਇੱਛਾ ਨਾਲ ਵੋਟ ਦਾ ਇਕੱਲਾ ਗਣਤੰਤਰ ਨਹੀਂ ਹੈ। ਔਰ ਇਹਦੇ ਚ ਜਿਹੜਾ ਸੈਮ ਪਿਤਰੋਦਾ ਕਹਿ ਰਹੇ ਨੇ, ਜੇ ਦੇਖਿਆ ਜਾਏ ਕਿ ਜਿਹੜੀ ਈਵੀਐਮ ਹੈ, ਈਵੀਐਮ ਤੇ ਸਭ ਤੋਂ ਪਹਿਲਾਂ ਇਤਰਾਜ਼ ਲਾਲਕ੍ਰਿਸ਼ਨ ਅਡਵਾਨੀ ਨੇ ਉਹਨਾਂ ਨੇ ਉਠਾਇਆ ਸੀਗਾ, ਔਰ ਜਦੋਂ ਵਿਰੋਧੀ ਧਿਰ ਚ ਸੀਗੇ ਆਗੂ ਸੀਗੇ ਉਹ ਕਹਿ ਰਹੇ ਸੀ ਕਿ ਇਹ ਨਹੀਂ ਹੈ ਠੀਕ, ਇਹਦੇ ਤੇ ਇਤਰਾਜ਼ ਨੇ। ਹੁਣ ਜਦੋਂ ਅਥਾਰਟੀਜ਼ ਨੇ ਵੀ ਕੁਝ ਇਹਦੇ ਤੇ ਇਹ ਕੀਤਾ ਕਿ ਜੇ ਕਰਨਾ ਤਾਂ ਇਹਨੂੰ ਵੋਟਰ ਵੈਰੀਫਾਈਡ ਤਰੀਕੇ ਨਾਲ ਤਬਦੀਲ ਕਰ ਦਿਓ, ਵੋਟਰ ਵੈਰੀਫਾਈਡ ਤਰੀਕਾ ਉਹੀ ਹੈ ਜਿਹੜਾ ਇੱਕ ਤਰੀਕੇ ਦਾ ਜਿਹੜਾ ਪਹਿਲਾਂ ਆਪਾਂ ਗੱਲ ਕਰ ਰਹੇ ਸੀ, ਪਹਿਲਾਂ ਵੀ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਸਵਾਲ ਉਠਾਇਆ ਨਾ ਕਿ ਉਨੇ ਹੀ ਉਹਦੇ ਚੋਂ ਨਿਕਲਣ ਤੇ ਉਨੇ ਹੀ ਇੱਧਰ ਸਾਬਤ, ਤਾਂ ਕਿ ਦੋਨੋਂ ਚੀਜ਼ਾਂ ਬਰਾਬਰ ਗਿਣੀਆਂ ਜਾ ਸਕਣ, ਉਹ ਵੋਟਾਂ ਇੱਕ ਜਗ੍ਹਾ ਸਿਕਿਓਰ ਹੋ ਜਾਣ, ਜੇ ਕੋਈ ਕਹਿੰਦਾ ਕਿ ਉੱਧਰ ਘੱਟ ਪਈਆਂ ਨੇ ਉੱਧਰ ਵੱਧ ਪਈਆਂ ਨੇ, ਮੈਚ ਹੋ ਸਕੇ ਆਪਸ ਦੇ ਵਿੱਚ। ਔਰ ਹਾਲਾਂਕਿ ਸੈਮ ਪਿਤਰੋਦਾ ਇਹੀ ਕਹਿ ਰਿਹਾ ਕਿ ਉਹਨੂੰ ਜੇਕਰ ਉਹ ਨਾ ਕੀਤਾ ਤਾਂ ਬੀਜੇਪੀ 400 ਤੱਕ ਜਾ ਸਕਦੀ ਹੈ, ਇਹਦਾ ਮਤਲਬ ਉਹ ਪੁਆਇੰਟ ਆਊਟ ਕਰ ਰਿਹਾ। ਹਾਲਾਂਕਿ ਉਹ ਬੰਦਾ ਸੈਮ ਪਿਤਰੋਦਾ ਜਿਹੜਾ ਆਧਾਰ ਦਾ ਸਭ ਤੋਂ ਸਭ ਕੁਝ ਹੈ, ਜਦੋਂ ਸਟੋਰੀਆਂ ਇਹ ਛਪਦੀਆਂ ਸੀ ਕਿ ਆਧਾਰ ਵੀ ਕੰਪਰੋਮਾਈਜ਼ ਹੋ ਸਕਦਾ, ਉਦੋਂ ਇਹ ਸਟੈਂਡ ਇਹ ਲੈ ਰਹੇ ਸੀ ਕਿ ਨਹੀਂ ਜੀ ਇਹਦਾ ਤਾਂ ਮਤਲਬ ਹੀ ਨਹੀਂ, ਇਹ ਸਿਕਿਉਰਿਟੀ ਹੈ। ਉਹ ਕਿਹੜੀ ਚੀਜ਼ ਹੈ ਜਿਹੜੀ ਮਤਲਬ ਆਈਟੀ ਖੇਤਰ ਦੀ ਹੈ ਤੇ ਉਹ ਹੈਕ ਨਹੀਂ ਹੋ ਸਕਦੀ? ਹੈਕ ਲੋਕ ਨਾਸਾ ਨੂੰ ਕਰੀ ਜਾਂਦੇ ਨੇ ਬੈਠੇ ਨੂੰ, ਬਾਕੀ ਜਗ੍ਹਾ ਕਰੀ ਜਾਂਦੇ ਨੇ ਆਲੇ ਦੁਆਲੇ, ਜੇ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਖੜਾ ਹੈ ਕਿ ਜਿਹੜਾ ਇੱਕ ਬਣਾਉਣ ਵਾਲਾ ਉਦੋਂ ਜ਼ਿਆਦਾ ਅੱਗੇ ਵੀ ਬੈਠਾ ਹੋ ਸਕਦਾ ਬ੍ਰੇਨ ਵਾਲਾ ਉਹਨੂੰ ਇੱਧਰ ਉੱਧਰ ਕਰਨ ਵਾਲਾ, ਔਰ ਖਾਸ ਤੌਰ ਤੇ ਹੁਣ ਜਦੋਂ ਪੈਗਾਸਸ ਦਾ ਮਾਮਲਾ ਆ ਗਿਆ ਸੋਫਟਵੇਅਰ ਦਾ, ਜਿਹੜਾ ਉਹ ਅੱਜ ਹੁਣ ਨਵਾਂ ਆ ਗਿਆ, ਜਿਹੜੀ ਖਬਰ ਛਪੀ ਹੈ ਕਿ ਵਰਦ ਰਾਜਨ ਤੇ ਇੱਕ ਹੋਰ ਜਰਨਲਿਸਟ ਦਾ ਨਾਂ ਆ ਗਿਆ, ਅਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਹੈ ਜਿਹੜੀ ਛਪੀ ਹੈ ਅੱਜ ਇਸ ਮਾਮਲੇ ਚ, ਜੇ ਉਹ ਵਾਰ ਵਾਰ ਉਭਰਦੀ ਗੱਲ ਹੈ ਤਾਂ ਈਵੀਐਮ ਤੇ ਵੀ ਉਹ ਗੱਲ ਲਾਗੂ ਹੋਏਗੀ ਫਿਰ, ਜੇਕਰ ਬਾਹਰੋਂ ਬੈਠਾ ਤੁਹਾਡਾ ਕੋਈ ਵੀ ਚੀਜ਼ ਹਾਈਜੈਕ ਕਰੀ ਜਾ ਰਿਹਾ ਹੈਕ ਕਰੀ ਜਾ ਰਿਹਾ, ਤੇ ਉਸ ਹੈਕਿੰਗ ਤੇ ਮੇਰੇ ਖਿਆਲ ਨਾਲ ਇਹਦੇ ਤੇ ਧਿਆਨ ਦੇਣ ਦਾ ਸਵਾਲ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ, ਜੇ ਵੱਡੀ ਗਿਣਤੀ ਚ ਸਵਾਲ ਉੱਠ ਰਹੇ ਨੇ ਤਾਂ ਲੋਕਾਂ ਦਾ ਭਰੋਸਾ ਬਹਾਲ ਕਰਨ ਦੇ ਲਈ ਚੋਣ ਪ੍ਰਣਾਲੀ ਦੇ ਵਿੱਚ, ਠੀਕ ਹੈ ਈਵੀਐਮ ਵੀ ਰੱਖ ਲਓ ਤੇ ਨਾਲ ਜੇਕਰ ਉਹ ਦੂਜਾ ਪ੍ਰਬੰਧ ਵੀ ਨਾਲ ਕਰ ਦਿਓ ਜਿਹੜਾ ਉਹ ਡਿਮਾਂਡ ਕਰ ਰਹੇ ਨੇ ਕਿ ਵੀਵੀਪੈਟ ਦਾ ਜਿਹੜਾ ਬਰਾਬਰ ਪਰਚੀ ਨਿਕਲੇ ਇੱਕ ਜਗ੍ਹਾ ਹੋ ਜਾਏ ਬਾਅਦ ਚ ਗਿਣਤੀ ਕਰਾਈ ਜਾ ਸਕੇ, ਤਾਂ ਸ਼ਾਇਦ ਇਹ ਡੈਮੋਕ੍ਰੇਸੀ ਲਈ ਚੰਗਾ ਹੋਏਗਾ ਤੇ ਦੇਸ਼ ਲਈ ਵੀ ਚੰਗਾ ਹੋਏਗਾ, ਇਹ ਵਿਵਾਦ ਘੱਟੋ ਘੱਟ ਰੁਕ ਜਾਏਗਾ ਕਿਸਾਨ ਚ। ਜਿਸ ਤਰੀਕੇ ਨਾਲ ਲੋਕਾਂ ਦੀ ਵਿਸ਼ਵਾਸ ਤੁਸੀਂ ਦੀ ਗੱਲ ਕੀਤੀ ਹੈ, ਲੋਕਾਂ ਦਾ ਵਿਸ਼ਵਾਸ ਹਾਸਿਲ ਕਰਨ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਇਸ ਮੁੱਦੇ ਦੇ ਉੱਤੇ
ਕੋਈ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਹੈ, ਜਾਂ ਫਿਰ ਕਿਸ ਤਰੀਕੇ ਨਾਲ ਉਹ ਖੋਇਆ ਹੋਇਆ ਵਿਸ਼ਵਾਸ ਦੁਬਾਰਾ ਹਾਸਿਲ ਕੀਤਾ ਜਾ ਸਕਦਾ, ਇਸ ਤਰਫ ਵਧਣਾ ਚਾਹੀਦਾ। ਆਰਟੀਕਲ 370 ਦੇ ਮੁੱਦੇ ਦੇ ਉੱਤੇ ਹੁਣ ਇੱਕ ਰਿਵਿਊ ਪਟੀਸ਼ਨ ਪੈਣ ਵਾਲੀ ਹੈ। ਕੌਣ ਪਾ ਰਿਹਾ? ਉਹਦੇ ਵਿੱਚ ਅਵਾਮੀ ਨੈਸ਼ਨਲ ਕਾਨਫਰੰਸ, ਉਹ ਰਿਵਿਊ ਪਟੀਸ਼ਨ ਪਾ ਰਹੀ ਹੈ, ਔਰ ਪ੍ਰਿਯੰਕਾ ਗਾਂਧੀ ਉਹਨਾਂ ਦਾ ਨਾਂ ED ਨੇ ਇੱਕ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਨਾਮਜ਼ਦ ਕਰ ਲਿਆ। 10 ਸਾਲ ਬਾਅਦ ਉਸ ਕੇਸ ਦੇ ਵਿੱਚ, ਜਦ ਹਰਿਆਣਾ ਦੇ ਵਿੱਚ ਜ਼ਮੀਨ ਖਰੀਦਣ ਦਾ ਮਾਮਲਾ ਸੀਗਾ, ਉਸ ਮਾਮਲੇ ਦੇ ਵਿੱਚ ਹੁਣ ਪ੍ਰਿਯੰਕਾ ਗਾਂਧੀ ਵੀ ਹਜੇ ਆਰੋਪੀ ਤੇ ਨਹੀਂ ਹੈ, ਪਰ ਉਹਨਾਂ ਨੂੰ ਨਾਮ ਉਹਨਾਂ ਦਾ ਦਰਜ ਜ਼ਰੂਰ ਕਰ ਲਿਆ ਗਿਆ। ਇੱਦਾਂ ਦੇ ਹੋਰ ਕਈ ਮਾਮਲੇ ਸੀਗੇ ਜਿਹਦੇ ਉੱਤੇ ਅਸੀਂ ਡਿਸਕਸ਼ਨ ਕਰਨੀ ਸੀਗੀ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੇ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।